आ चक तू भी लै फड़ पैसे गल मुक्त दी मझ दे दंद नहीं गिनी दे रख ला चुप करके बेबे चुप कर जा सारिया नूं पता लग जूगा होर फड़ ला नोट लै फड़ एक नोट होर फड़ ला अच्छा ए पंज पंज सौ दे नोट ने मां दसी ना किसे नूं ਆਉਂਦੇ ਲੜ ਨਾਲ ਬੰਨ ਲਾ ਚੁੰਨੀ ਦੇ ਨਾਲ ਮੈਂ ਬਾਬੂ ਤੇਰੇ ਨਾਲ ਹੀ ਜੀਨੀ ਆ ਮੇਰੀ ਮਾਂ ਵਾ ਮੈਂ ਵੀ ਤੇਰੇ ਨਾਲ ਹੀ ਜੀਨਾ ਵਾ ਮਾਂ ਇਹਨਾਂ ਮਾਵਾਂ ਦਾ ਪਿਆਰ ਆ ਜਿਹੜਾ ਨਾ ਆ ਭੈਣੇ ਤੇਲ ਚੱਕੇ ਥੱਲੇ ਡੁੱਲ ਜਾਣਾ ਪੈਰ ਵੱਜ ਕੇ ਕਿਸੇ ਦਾ ਤੇ ਇਹ ਪਿਆਰ ਲੱਖੀ ਨਾ ਕਰੋੜੀ ਇਹ ਕਿਤੇ ਨੀ ਮਿਲਦਾ ਅਸੀਂ ਭਾਗਾਂ ਵਾਲੇ ਆ ਵੀ ਜਿਹੜਾ ਕਰਮਾਂ ਵਾਲੇ ਆ ਜਿਹੜਾ ਸਾਨੂੰ ਇਹ ਪਿਆਰ ਮਿਲਿਆ ਮਾਵਾਂ ਦਾ ਬਾਹਰ ਨਾ ਬਿੱਲੇ ਉਹ ਭੈਣ ਆਏ ਹੋਏ ਜਿਨ੍ਹਾਂ ਨੂੰ ਆਪਾਂ ਰਾਤ ਨੀ ਫੋਨ ਕੀਤਾ ਸੀ ਜਿਹੜੇ ਡੀਐਸਓ ਮੈਡਮ ਦੇ ਨਾਲ ਲੱਗੇ ਹੋਏ ਮਿਸ ਕਾਲ ਆਈ ਉਹਨਾਂ ਦੀ ਬਹਿ ਜਾ ਬਹਿ ਜਾ ਬਹਿ ਜਾ ਬੇਬੇ ਚੰਡੀਗੜ੍ਹ ਵਾਲੀਏ ਨਹੀਂ ਬੈਠੀ ਬੇਬੇ ਖੜੀ ਹੋ ਗਈ ਤੂੰ ਦੁੱਧ ਪੀ ਲਾ ਘੁੱਟ ਕੇ ਦੁੱਧ ਪੀ ਲਾ ਲੈ ਫੜ 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 ਠੰਡਾ ਹੋ ਗਿਆ ਤਾਂ ਨਾ ਥੋੜਾ ਗਰਮ ਲਿਆਉਣਾ ਆ ਲੈ ਤੂੰ ਵੀ ਪੀ ਲੈ ਗੱਗੂ ਮੈਂ ਪਿਆਉਣਾ ਆਪੇ ਹੱਥ ਨੀ ਲਾਉਣਾ ਮੈਂ ਪਿਆਉਣਾ ਮੈਂ ਮੈਂ ਪਿਆਉਣਾ ਡੁੱਲ ਜੂਗਾ ਆਪੇ ਪੀ ਲੈਂਦੀ ਡੁੱਲੂਗੀ ਤਾਂ ਨੀ ਪੀ 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 ਆਪਣੇ ਆਪ ਹੀ ਹੌਲੀ 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 ਪੀਣਾ ਹੌਲੀ ਹੌਲੀ ਆਰਾਮ ਨਾਲ ਦੇਖੋ ਗੱਗੂ ਦੇ ਸਾਡੀ ਦੇ ਕਿੰਨੇ ਸੋਹਣੇ ਕੱਪੜੇ ਪਾਏ ਆ ਹਨਾ ਇਹ ਉਹ ਭੈਣਾਂ ਭਰਾਵਾਂ ਦੇ ਕੱਪੜੇ ਹੈਲੋ ਹਾਂਜੀ ਭੈਣੇ ਆ ਗਏ ਤੁਸੀਂ ਠੀਕ ਹੈ ਭੈਣੇ ਕੋਈ ਨਾ ਮੈਂ ਤਾਂ ਆਖਿਰ ਥੋੜੀ ਰਿੰਗ ਆਈ ਕਰਕੇ ਮੈਂ ਪੁੱਛਿਆ ਜੀ ਅਸੀਂ ਕਹਿੰਦੇ ਲਾਈਵ ਹੋਏ ਹੋਏ ਆ ਬਾਅਦ ਚ ਕਰਦੇ ਥੋੜਾ ਗੱਲ ਫਿਰ ਤੇ ਅੱਜ ਗੱਗੂ ਭੈਣ ਦੇ ਕੱਪੜੇ ਆ ਜਿਹੜੇ ਪਾਇਆ ਕਿੰਨਾ ਸੋਹਣਾ ਹਨਾ ਸੂਟ ਆ ਇਹ ਸੰਗਤ ਸਾਨੂੰ ਏਦਾਂ ਦੇ ਕੇ ਜਾਂਦੇ ਆ ਹੁਣ ਜਿਵੇਂ ਭੈਣਾਂ ਵਾ ਸਾਡੀਆਂ ਘਰਾਂ ਚ ਕੱਪੜੇ ਪਾਉਂਦੇ ਆ ਆਪਾਂ ਨਾ ਜਿਹੜੇ ਉਹ ਕੱਪੜੇ ਖਰਾਬ ਹੋ ਜਾਂਦੇ ਆ ਵਧੀਆ ਕੱਪੜੇ ਹੋਣ ਸਾਫ਼ ਸੁਥਰੇ ਬਹੁਤ ਸਾਰੇ ਲੋਕ ਸਾਨੂੰ ਇੱਥੇ ਕੱਪੜੇ ਦੇ ਜਾਂਦੇ ਆ ਗੰਦੇ ਖਰਾਬ ਹੋਏ ਫਟੇ ਹੋਏ ਜਾਂ ਛਿੱਜੇ ਹੋਏ ਪਲੀਜ਼ ਉਦਾਂ ਦੇ ਕੱਪੜੇ ਨਾ ਦਿਆ ਕਰੋ ਬਿਲਕੁਲ ਜੇ ਦੇਣੇ ਆ ਸਾਫ਼ ਸੁਥਰੇ ਕੱਪੜੇ ਜਿੱਦਾਂ ਦੇ ਆਪਾਂ ਘਰੇ ਪਾਉਂਦੇ ਆ ਆਪਾਂ ਦੋ ਸਾਲ ਖੰਡ ਪਾ ਲਿਆ ਉਦੋਂ ਬਾਅਦ ਆਪਾਂ ਉਹਨੂੰ ਸੁੱਟਦੇ ਆ ਤਾਂ ਇੱਥੇ ਪਹੁੰਚਦਾ ਕਰ ਦਿਆ ਕਰੋ ਪਰ ਹੋਵੇ ਸਾਫ਼ ਸੁਥਰਾ ਕੱਪੜਾ ਹਾਂਜੀ ਮਾਂ ਚੱਲਾਂਗੇ ਮਾਂ ਗਾਜੀ ਗੁੱਲੇ ਤੂੰ ਵੀ ਜਾਣਾ ਮੈਂ ਵੀ ਜਾਣਾ ਇਕੱਠੇ ਚੱਲਾਂਗੇ ਦੋਨੇ ਮਾਂ ਪੁੱਤ ਠੀਕ ਆ ਪਰ ਰੋਇਆ ਨਾ ਕਰ ਐਵੇਂ ਤੂੰ ਅੱਛਾ ਖੁਸ਼ ਰਿਹਾ ਕਰ ਹੱਸਦੀ ਖੇਡਦੀ ਰਿਹਾ ਕਰ ਵਾ ਮੱਟੂ ਬੇਬੇ ਸੁਣਦੀ ਨੀ ਤੇ ਦਿਨੇ ਦੋਨੋਂ ਦਿਨੇ ਬਿੱਲਾ ਕਿੱਥੇ ਬਿੱਲੇ ਨੂੰ ਆਵਾਜ਼ ਮਾਰਿਓ ਨਹੀਂ ਉਹ ਤਾਂ ਬਿੱਲੇ ਨੂੰ ਆਵਾਜ਼ ਮਾਰੀ ਕਾਕਾ ਉਹ ਆਈ ਨੀ ਭੈਣ ਉਹ ਬੇਬੇ ਰਾਤ ਨੂੰ ਮੰਜੇ ਤੋਂ ਨਾ ਉਤਰਿਆ ਕਰ ਇਹ ਕੀ ਕਹਿੰਦੇ ਆ ਥੋੜੀਆਂ ਰੱਖਿਆ ਕਰੋ ਪਕੌੜੀਆਂ ਵਗੈਰਾ ਰਾਤ ਨੂੰ ਜੇ ਮੰਗਦਾ ਹੁੰਦਾ ਕੋਈ ਦੇ ਦਿਆ ਕਰੋ ਕਿਹਦੀ ਹੁੰਦੀ ਡਿਊਟੀ ਰਾਤ ਨੂੰ ਹਾਂ ਜੇ ਕੋਈ ਏਦਾਂ ਦੀ ਚੀਜ਼ ਮੰਗਦੀ ਆ ਨਾ ਭੈਣ ਮਾਂ ਦੇ ਦਿਆ ਕਰੋ ਕੋਈ ਨਾ ਥੋੜੀਆਂ ਜਿਹੀਆਂ ਪਕੌੜੀਆਂ ਦਾ ਇੱਕ ਪੈਕਟ ਰੱਖ ਲਓ ਜਿਵੇਂ ਇਹ ਤਾਂ ਬੱਚਿਆਂ ਵਾਲਾ ਦਿਮਾਗ ਆ ਦੇਖ ਤਾਂ ਦੋਨਾਂ ਨੂੰ ਦਿਖਦਾ ਆਪਣੇ ਘਰ ਚ ਬਿੱਲੇ ਇੱਧਰ ਆ ਕਾਕਾ ਉਹ ਭੈਣ ਆਈ ਨੀ ਗਈ ਇੱਕ ਆਪਣਾ ਹੀ ਪਰਿਵਾਰ ਆ ਇਹਨਾਂ ਦਾ ਦਿਮਾਗ ਬੱਚਿਆਂ ਵਾਲਾ ਆਪਣੇ ਘਰ ਚ ਕਿੰਨੇ ਜਾਣੇ ਨੇ ਬਾਪੂ ਜੀ ਆਹ ਦੇ ਦੋ ਚੱਪਲਾਂ ਲਾ ਦੋ ਆ ਲਾ ਦੋ ਚੱਪਲਾਂ ਫੜਾ ਦਿਓ ਮੈਨੂੰ ਚੱਪਲਾਂ ਇੱਧਰ ਆ ਟੱਬ ਚ ਰੱਖ ਲਓ ਬਾਪੂ ਜੀ ਪੈਰ ਪੈਰ ਰੱਖ ਲੈ ਟੱਬ ਚ ਲੈ ਬਾਪੂ ਗੋਪਾਲ ਲਿਆ ਕਰਾਂ ਆ ਗਿਆ ਚਾਹ ਪੀ ਆਇਆ ਹਾਂ ਇੱਥੇ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਇੱਥੇ ਤੇਰੀ ਵਾਰੀ ਆਉਂਦੀ ਆ ਬਹਿ ਜਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਫਤਿਹ ਬੁਲਾਓ ਜੀ ਕਾਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਪੂ ਬਜ਼ੁਰਗਾਂ ਵਾਸਤੇ ਜਿਹੜੇ ਨਵੇਂ ਜੋੜੇ ਬੂਟਾਂ ਦੇ ਉਹਨਾਂ ਭੈਣਾਂ ਤੇ ਭਰਾਵਾਂ ਨੇ ਵੀਰਾਂ ਨੇ ਸਾਡਿਆਂ ਨੇ ਸਾਡੇ
ਪਹੁੰਚਦੇ ਕੀਤੇ ਸੀ ਨਵੇਂ ਕੈਂਪਸ ਕੰਪਨੀ ਦੇ ਬੂਟ ਲਏ ਆ। ਇਸ ਵਾਰ ਅਸੀਂ ਸਾਰੇ ਬਜ਼ੁਰਗਾਂ ਵਾਸਤੇ ਕਾਲੇ ਰੰਗ ਦੇ ਬਿਨਾਂ ਫੀਤਿਆਂ ਤੋਂ ਤੇ ਉਹ ਅੱਜ ਪਹਿਨਾਉਣ ਲੱਗੇ ਆ ਜੀ। ਸਵੇਰ ਦੇ ਸਾਰੇ ਦੇ ਪਹਿਲਾਂ ਇਸ਼ਨਾਨ ਕਰਾ ਕੇ ਸਾਰਿਆਂ ਦੇ ਬਾਪੂ ਹੁਣਾਂ ਦੇ, ਉਸ ਤੋਂ ਬਾਅਦ ਹੁਣ ਪੈਰ ਧੋ ਧੋ ਕੇ ਜਰਾਬਾਂ ਪਾ ਕੇ ਬੂਟ ਪਾ ਕੇ, ਕਿਉਂਕਿ ਹੁਣ ਜਿਹੜੀ ਠੰਡ ਆ ਨਾ, ਠੰਡ ਵਧਣ ਲੱਗ ਗਈ ਆ। ਹੁਣ ਜਿਹੜੀ ਠੰਡ ਆਉਂਦੀ ਜਾਂ ਜਾਂਦੀ ਮਾਰ ਕਰਦੀ ਹੁੰਦੀ ਆ, ਤੇ ਅਸੀਂ ਆਪਣੇ ਵੱਲੋਂ ਪੂਰੇ ਯਤਨ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਵੀ ਹਰ ਚੀਜ਼ ਦਾ ਜਿਹੜਾ ਵਕਤ ਦੇ ਨਾਲ ਹੀ, ਸਮੇਂ ਦੇ ਨਾਲ ਹੀ ਪ੍ਰਬੰਧ ਕੀਤਾ ਜਾ ਸਕੇ। ਤੇ ਹੁਣ ਬਾਪੂ ਜੀ ਹੁਣਾਂ ਨੂੰ ਅੱਜ ਅਸੀਂ ਨਵੇਂ ਬੂਟ ਪਵਾ ਕੇ, ਪੈਰ ਧੋ ਕੇ, ਸਾਫ਼ ਕਰਕੇ ਅੱਗੇ ਹਰ ਸਾਲ ਦੀ ਤਰ੍ਹਾਂ ਐਗਤੀ ਇਹ ਸੇਵਾ ਸ਼ੁਰੂ ਕਰੀ ਆ। ਸ਼ੁਰੂਆਤ ਬਾਪੂ ਗੋਪਾਲ ਹੁਣਾਂ ਦੀ, ਜਿਨ੍ਹਾਂ ਦੇ ਪੈਰ ਦੇਖੋ ਟੁੱਟ ਕੇ ਕਿੱਥੇ ਚਲੇ ਗਏ ਸੀਗੇ। ਆ ਬਾਪੂ ਦਾ ਅੰਗੂਠਾ ਰੇਹੜੀ ਰੋੜਦਾ ਸੀ, ਜਿਹੜੀ ਉਹਦੇ ਵਾਲੀ ਗੋਹੇ ਦੀ ਭਰੀ ਹੋਈ, ਜਿਵੇਂ ਭੱਠੇ ਵਾਲਿਆਂ ਕੋਲ ਰੇਹੜੀ ਹੁੰਦੀ ਆ ਨਾ ਇੱਕ ਟਾਇਰ ਵਾਲੀ, ਉਸ ਰੇਹੜੀ ਨੂੰ ਬਾਪੂ ਹਰ ਰੋਜ਼ ਰੋੜਦਾ ਸੀਗਾ। ਤੇ ਉਸ ਰੇਹੜੀ ਦਾ ਜਿਹੜਾ ਊੜਣਾ ਹੁੰਦਾ, ਜਿਹੜੇ ਵੀਰ ਭਰਾ ਜਾਣਦੇ ਨੇ ਪੇਂਡੂ ਬੰਦੇ ਨੇ ਸਾਰੇ, ਊੜਣਾ ਕੀ ਹੁੰਦਾ, ਉਹਦੇ ਜਿਹੜਾ ਥੱਲੇ ਜਦੋਂ ਰੇਹੜੀ ਨੂੰ ਆਪਾਂ ਰੱਖ ਦਿੰਦੇ ਹਾਂ, ਉਹਦੀਆਂ ਦੋ ਲੱਤਾਂ ਹੁੰਦੀਆਂ, ਉਹ ਲੱਤ ਦੇ ਵਿੱਚ ਬਾਪੂ ਦਾ ਪੈਰ ਵੱਜਦਾ ਰਹਿੰਦਾ ਸੀ ਰੋਜ਼। ਜਦੋਂ ਰੋੜਦਾ ਸੀ ਨਾ, ਉਹਦੀਆਂ ਜਿਹੜੀਆਂ ਬਾਹਾਂ ਸੀ ਉਹ ਬਹੁਤ ਛੋਟੀਆਂ ਸੀ, ਤੇ ਬਾਪੂ ਦਾ ਪੈਰ ਬਿਲਕੁਲ ਉਹਦੇ ਕੋਲੇ ਚਲੇ ਜਾਂਦਾ ਸੀਗਾ, ਇਹ ਪੈਰ ਉਹਦੇ ਵਿੱਚ ਵੱਜੀ ਜਾਂਦਾ ਸੀ ਏਦਾਂ ਹਰ ਰੋਜ਼ ਅੰਗੂਠਾ ਵੱਜ ਵੱਜ ਕੇ ਟੁੱਟ ਕੇ, ਦੇਖੋ ਕਿੱਥੇ ਚਲਿਆ ਗਿਆ। ਤੇ 40 ਸਾਲ 42 ਸਾਲ ਆਹ ਅੰਗੂਠੇ ਤੇ ਤਸ਼ੱਦਤ ਹੁੰਦਾ ਹੀ ਰਿਹਾ, ਉੱਪਰ ਬਾਪੂ ਦੇ ਸਿਰ ਤੇ ਮੂੰਹ ਤੇ ਹੁੰਦਾ ਰਿਹਾ, ਲੱਤਾਂ ਮਾਰਦਾ ਸੀ, ਕੁੱਟਦਾ ਸੀ, ਜੁੱਤੀਆਂ ਮਾਰਦਾ ਸੀ, ਚਾਬੀ ਮਾਰੀ, ਪਾਨਾ ਮਾਰਿਆ, ਜੋ ਹੱਥ 'ਚ ਆ ਗਿਆ ਉਹੀ ਮਾਰਦਾ ਸੀ। ਤੇ ਅੱਜ ਉਹਦੀ ਹਾਲਤ ਵੀ ਦੇਖ ਲਿਓ, ਪਤਾ ਕਰ ਲਿਓ, ਬਾਕਰ ਵਾਲਾ ਪਿੰਡ ਆ ਧਰਮਕੋਟ ਦੇ ਕੋਲੇ ਮੋਗੇ ਜ਼ਿਲ੍ਹੇ 'ਚ, ਮੁਖਤਿਆਰ ਸਿੰਘ ਚੱਕੀ ਵਾਲੇ ਦਾ। ਤੁਸੀਂ ਅੱਜ ਜੇ ਹਾਲਾਤ ਪਤਾ ਕਰੋ ਵੀ ਉਹ ਕਿਹੜੇ ਹਾਲਾਤਾਂ 'ਚ ਆ, ਤੇ ਇੱਥੋਂ ਸਾਨੂੰ ਸਬਕ ਮਿਲਦਾ ਵੀ ਕਰਨੀ ਭਰਨੀ ਇੱਥੇ ਹੀ ਪੈਂਦੀ ਆ, ਜਿਹੜੇ ਲੈਣੇ ਦੇਣੇ ਦੇ ਚੱਕਰ ਆ ਉਹ ਕੋਈ ਉੱਤੇ ਜਾ ਕੇ, ਉੱਤੇ ਨਹੀਂ ਕਹਿੰਦੇ ਨਰਕ ਉੱਤੇ ਆ ਜੀ, ਉਹ ਘਲਾੜਿਆਂ 'ਚ ਪੀੜ ਦਿੰਦੇ ਆ ਜੀ, ਉਹ ਜੀ ਗਰਮ ਸਲਾਖਾਂ ਦੇ ਨਾਲ ਪੀੜ ਦਿੰਦੇ ਆ ਜੀ। ਹੁਣ ਭਰਾਵੋ ਇੰਨੀ ਪਾਪੂਲੇਸ਼ਨ ਹੋ ਗਈ ਆ, ਰੱਬ ਕੋਲੇ ਵੀ ਇੰਨਾ ਸਮਾਂ ਨਹੀਂ ਵੀ ਉੱਪਰ ਸੱਦ ਕੇ ਆਪਾਂ ਨੂੰ ਸਜ਼ਾ ਦੇਵੇ। ਇੱਥੇ ਹੀ ਥੱਲੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੇ, ਉਹ ਸੱਚੇ ਪਾਤਸ਼ਾਹ ਨੇ ਕੀਤੀਆਂ ਹੋਈਆਂ ਗਲਤੀਆਂ ਦੀ ਸਜ਼ਾਵਾਂ ਸਾਨੂੰ ਇੱਥੇ ਹੀ ਦੇਣੀਆਂ, ਇੱਥੇ ਹੀ ਭੁਗਤਣੀਆਂ ਪੈਣੀਆਂ ਸਾਨੂੰ ਸਾਰਿਆਂ ਨੂੰ। ਇਸ ਕਰਕੇ ਸਾਨੂੰ ਇੱਕ ਦੂਸਰੇ ਦੀ ਜ਼ਿੰਦਗੀ 'ਚ ਝਾਤ ਮਾਰ ਕੇ ਇਸ ਚੀਜ਼ ਤੋਂ ਅੰਦਾਜ਼ਾ ਲਾਉਣਾ ਚਾਹੀਦਾ ਵੀ ਆਹ ਬੰਦੇ ਨੇ ਉਦੋਂ ਆਹ ਪਾਪ ਕੀਤਾ ਸੀਗਾ, ਬੱਜਰ ਪਾਪ, ਅਤੇ ਇਹਨੂੰ ਇਹਦੀ ਆਹ ਸਜ਼ਾ ਮਿਲੀ ਆ। ਅਤੇ ਜਿਹੜੀਆਂ ਸਾਡੀਆਂ ਗਲਤੀਆਂ ਸੱਚੇ ਪਾਤਸ਼ਾਹ ਨੇ, ਸਾਨੂੰ ਵੀ ਉਹਨਾਂ ਦੀ ਸਾਰੀ ਬਣਦੀ ਸਜ਼ਾ ਇੱਥੇ ਹੀ ਦੇਣੀ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਬਾਪੂ ਜੀ ਹੁਣਾਂ ਨੂੰ ਜਿਹੜਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਬਖਸ਼ਿਆ ਵੀ ਇਹਨਾਂ ਦੀ ਸੇਵਾ ਸੰਭਾਲ ਕਰਨ ਦੇ ਵਿੱਚ, ਸਾਡੇ ਵੱਲੋਂ ਇਸ ਕਲਯੁਗੀ ਸਰੀਰਾਂ ਵੱਲੋਂ ਪੂਰੀ ਆਹ ਤੇਲ ਫੜਾਈ ਚੱਕ ਕੇ, ਅੰਮ੍ਰਿਤਪਾਲ ਫੜਾ ਪੁੱਤ ਸਰੋਂ ਦਾ ਤੇਲ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੀ ਅੱਜ ਗੁਰੂ ਮਹਾਰਾਜ ਦੀ ਕਿਰਪਾ ਭਾਈ ਆਹੀ ਲਾ ਦੇ ਪੁੱਤ, ਫਿਰ ਪਾਣੀ ਪੂੰਜਾਂਗੇ ਬਾਅਦ 'ਚ, ਹੁਣ ਤੇਲ ਚੰਗੀ ਤਰ੍ਹਾਂ ਲੱਗ ਜੂਗਾ ਨਾ, ਇੱਕ ਵਾਰੀ ਫਿਰ ਤੇਲ ਲਾ ਕੇ ਫਿਰ ਪਾਣੀ ਪਾ ਦਾਂਗੇ ਗਰਮ ਪੈਰਾਂ 'ਤੇ। ਅਤੇ ਵਾਹਿਗੁਰੂ ਜੀ ਮਿਹਰ ਕਰਨ ਸੱਚੇ ਪਾਤਸ਼ਾਹ, ਤੁਸੀਂ ਵੀ ਅਰਦਾਸ ਕਰਿਓ ਬਾਪੂ ਹੱਸੀ ਜਾਂਦਾ, ਪਤ ਕੁਦੀ ਨਿਕਲਦੀਆਂ। ਇਹ ਜਿਹਨਾਂ ਨੇ ਸਾਡੀ ਪਿਛਲੇ ਸਾਲ ਵਾਲੀਆਂ ਵੀਡੀਓ ਦੇਖੀਆਂ ਹੋਣਗੀਆਂ, ਬਾਪੂ ਹੁਣਾਂ ਦੇ ਜਦੋਂ ਪਾਉਂਦੇ ਸੀਗੇ ਤੇ ਉਦੋਂ ਵੀ ਹਰ ਸਾਲ ਅਸੀਂ ਐਂ ਬਾਪੂ ਹੱਸਦਾ ਹੁੰਦਾ ਤੇ ਅਸੀਂ ਬਾਪੂ ਦੇ ਪੈਰ 'ਚ ਕੁੱਤਕੁੱਤੀਆਂ ਕੱਢਦੇ ਹਾਂ, ਪਿਛਲੇ ਸਾਲ ਵੀ ਐਂ ਹੀ ਕੱਢੀਆਂ ਸੀ, ਐਂ ਹੀ ਕੱਢੀਆਂ ਸੀ। ਬਾਪੂ ਖੁਸ਼ ਆ, ਖੁਸ਼ ਹੈ? ਹਾਂ ਸਰਪੰਚ ਆ, ਕਿਵੇਂ ਆ? ਫਿਰ ਮੇਮ ਆਈ ਸੀ ਮਿਲਣ, ਹੈ ਨਾ, ਦੱਸਦੇ ਸਾਰੇ ਨੂੰ ਕਿ ਮੇਮ ਆ ਕੇ ਗਈ ਆ, ਮਿਲ ਕੇ ਗਈ, ਮਿਲ ਕੇ ਗਈ ਸੀ ਨਾ, ਕੀ ਕਹਿੰਦੀ ਸੀ ਉਹ? ਠੀਕ ਆ ਕਹਿੰਦੇ, ਹੈ ਨਾ, ਕਹਿੰਦੇ ਮੱਝਾਂ ਵੀ ਠੀਕ ਆ ਆਪਣੀਆਂ, ਗਾਵਾਂ ਵੀ ਠੀਕ ਆ ਉੱਥੇ ਸਾਰੀਆਂ, ਹੈ ਨਾ। ਵਾਹਿਗੁਰੂ ਜੀ ਇੱਕ ਦਿਨ ਇੱਥੇ ਸਾਡੇ ਕੋਲੇ, ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਉਹ ਭੈਣ ਹੁਣਾਂ ਦਾ, ਵੀਰੇ ਹੁਣਾਂ ਦਾ, ਜਿਹੜੇ ਹੈ ਨਾ ਆਪਣੇ ਉਸ ਮਾਂ ਵਰਗੀ ਲੇਡੀ ਨੂੰ ਇੱਥੇ ਲੈ ਕੇ ਆਏ ਸੀਗੇ। ਮੈਨੂੰ ਤਾਂ ਉਹਦਾ ਨਾਂ ਵੀ ਨਹੀਂ ਲੈਣਾ ਆਉਂਦਾ ਵਿਚਾਰੀ ਦਾ, ਪਤਾ ਨਹੀਂ ਕੀ ਨਾਂ ਸੀਗਾ, ਬੜਾ ਔਖਾ ਜਿਹਾ ਨਾਂ ਸੀ। ਅਤੇ ਉੱਦਣ ਉਹ ਇੱਥੇ ਆ ਗਏ ਹੈ ਨਾ ਭੈਣ, ਉਹ ਮੈਨੂੰ ਲੱਗਦਾ ਸੀਗੇ UK ਦੇ ਸੀਗੇ, ਹੈ ਨਾ, ਉੱਥੋਂ ਦੇ ਬੋਰਨ ਉਹ। ਅਤੇ ਅਸੀਂ ਖੜ੍ਹੇ ਉਹਨਾਂ ਨਾਲ ਗੱਲਾਂ ਕਰੀ ਜਾਂਦੇ ਸੀ ਇੱਥੇ, ਮੈਂ ਧਿਆਨ ਨਹੀਂ ਦਿੱਤਾ।
ਤੇ ਸਰਪੰਚ ਸਾਹਿਬ ਨੇ ਦੇਖ ਲਿਆ ਕਿਤੇ ਵੀ ਏਦਾਂ ਮੇਮ ਆਈ ਹੋਈ ਆ ਨਾ, ਇਹ ਉਹਦੇ ਆਲੇ ਦੁਆਲੇ ਏਦਾਂ ਗੇੜੇ ਦੇ ਹੀ ਜਾਵੇ। ਇਹਨੂੰ ਐਂ ਲੱਗਿਆ ਵੀ ਖਾਨੀ ਜਿਹੜੀ ਮੇਮ ਦੀ ਮੇਰੇ ਨਾਲ ਗੱਲ ਕਰਦੇ ਸੀਗੇ ਵੀ ਉਹੀ ਆ ਗਈ ਆ ਨਾ, ਤੇ ਜਦੋਂ ਗੇੜੇ ਦੇ ਹੀ ਜਾਵੇ। ਮੈਂ ਨੋਟਿਸ ਨਹੀਂ ਕੀਤਾ, ਉਹਨੇ ਭੈਣ ਨੇ ਨੋਟਿਸ ਕੀਤਾ ਇੱਕ ਨੇ, ਕਹਿੰਦੀ ਵੀਰੇ। ਫਿਰ ਜਦੋਂ ਬਾਪੂ ਵੱਲ ਮੈਂ ਝਾਕਿਆ ਨੋਟਿਸ ਕੀਤਾ ਤੇ ਬਾਪੂ ਦੇ ਮੂੰਹ ਤੇ ਲਾਲੀ ਸੀ, ਚਿਹਰੇ ਦੇ ਉੱਤੇ ਮੁਸਕਰਾਹਟ ਸੀ, ਇੱਕ ਸ਼ਰਮਾਹਟ ਸੀ। ਫਿਰ ਬਾਪੂ ਜੀ ਨੂੰ ਮਿਲਾਇਆ, ਉਹਨੇ ਵੀ ਲੇਡੀ ਨੇ ਬਹੁਤ ਸਤਿਕਾਰ ਕੀਤਾ ਨਾ, ਨਾਲ ਖੜ ਕੇ ਫੋਟੋਆਂ ਖਿਚਾਈਆਂ ਤੇ ਬਾਪੂ ਨੂੰ ਪੂਰੀ ਤਸੱਲੀ ਕਰਾਈ ਵੀ ਹਾਂ ਤੂੰ ਫਿਕਰ ਨਾ ਕਰ, ਕਿਉਂਕਿ ਜਿਹੜਾ ਇਹਨੂੰ ਥੋਟ ਉਹ ਮਾਲਕਾਂ ਨੇ ਕੰਮ ਕਰਾਉਣ ਦੇ ਮਾਰਿਆਂ ਨੇ ਦਿੱਤਾ ਸੀਗਾ। ਸਾਰੀ ਉਮਰ ਇਹ ਤੋਂ ਗੋਹਾ ਚੁਕਾਈ ਗਏ ਤੇ ਕਹੀ ਗਏ ਵੀ ਤੂੰ ਤੇਰਾ ਮੇਮ ਨਾਲ ਵਿਆਹ ਹੋ ਜਾਣਾ ਤੇ ਮੇਮ ਨਾਲ ਵਿਆਹ ਕਰ ਦੇਣਾ। ਤੇ ਉਹ ਥੋਟ ਅਸੀਂ ਖੋਣ ਦਾ ਯਤਨ ਕੀਤਾ ਸੀਗਾ। ਇੱਕ ਵਾਰੀ ਬਾਪੂ ਨੂੰ ਸ਼ੁਰੂ ਸ਼ੁਰੂ 'ਚ ਦੱਸਿਆ ਸੀ ਵੀ ਬਾਪੂ ਇਹ ਗੱਲ ਨਹੀਂ ਹੋਣੀ ਵੀ ਉਹ ਝੂਠ ਮਾਰਦੇ ਸੀ, ਪਰ ਬਾਪੂ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਹੀ ਹੋ ਗਿਆ। ਉਸ ਤੋਂ ਬਾਅਦ ਬਾਪੂ ਚੁੱਪ ਚਾਪ ਰਹਿਣ ਲੱਗ ਗਿਆ। ਤਾਂ ਫਿਰ ਡਾਕਟਰਾਂ ਨੇ ਕਿਹਾ ਵੀ ਮੇਮ ਤਾਂ ਸੱਦਣੀ ਹੀ ਪੈਣੀ ਆ, ਹੈ ਨਾ। ਫਿਰ ਅਸੀਂ ਚਿੱਠੀਆਂ ਚੁੱਠੀਆਂ ਪਾ ਕੇ ਭਾਈ ਮਸਾਂ ਉਹਨੂੰ ਇੰਗਲੈਂਡ ਤੋਂ ਸੱਦਿਆ, ਫਿਰ ਉਹ ਆ ਕੇ ਗਈ ਆ। ਹੁਣ ਇਹਨੂੰ ਥੋੜੀ ਤਸੱਲੀ ਹੋ ਗਈ ਆ ਬਾਪੂ ਨੂੰ, ਹੈ ਨਾ, ਵੀ ਮੇਮ ਹੈਗੀ ਆ ਕੋਈ, ਹੈ ਨਾ ਬਾਪੂ। ਪਹਿਲਾਂ ਤਾਂ ਫੋਨ 'ਤੇ ਹੀ ਗੱਲ ਕਰਾ ਕਰੂ ਦਿੰਦੇ ਸੀ, ਹੁਣ ਮਿਲ ਕੇ ਗਏ ਆ ਕੇ। ਉਹ ਕਹਿੰਦੇ ਵੀ ਮੈਂ ਕਰਦੀ ਹਾਂ ਕੋਈ ਇੰਤਜ਼ਾਮ, ਲੱਭਦੀ ਹਾਂ ਤੇਰੇ ਵਾਸਤੇ ਕੋਈ, ਹੈ ਨਾ ਮੇਮ। ਤੇ ਇੱਦਾਂ ਜੀ ਇਹ ਪਰਿਵਾਰ ਦੇ ਵਿੱਚ ਸਾਡੀ ਤੇ ਭੈਣਾਂ ਵੀ ਆ, ਬਾਪੂ ਵੀ ਆ, ਬਜ਼ੁਰਗ ਵੀ ਆ, ਮਾਵਾਂ ਵੀ ਆ ਸਾਡੀਆਂ, ਬੱਚੇ ਵੀ ਆ ਸਾਡੇ, ਨੌਜਵਾਨ ਵੀਰ ਵੀ ਆ ਸਾਡੇ। ਦੇਖੋ ਬਾਪੂ ਗੋਪਾਲ ਦੇ ਪੈਰ ਜਿਹੜੇ ਕਿਸੇ ਟਾਈਮ ਗੋਹੇ ਨਾਲ ਗੰਦ ਨਾਲ ਲਿਬੜੇ ਰਹਿੰਦੇ ਸੀ, ਤੂੜੀ ਦੇ ਉੱਤੇ ਸੌਂਦਾ ਸੀ ਬਾਪੂ, ਅੱਜ ਉਹੀ ਪੈਰ ਚਿੱਟੇ ਚਿੱਟੇ ਪਏ ਆ। ਤੇ ਅੱਜ ਉਹੀ ਮੁਖਤਿਆਰ ਦੇ ਜਾ ਕੇ ਪੈਰ ਚੈੱਕ ਕਰਿਓ ਤੁਸੀਂ, ਜਿਹੜੇ ਹਾਲਾਤ ਬਾਪੂ ਦੇ ਸੀ ਉਸ ਟਾਈਮ, ਉਸ ਤੋਂ ਵੀ ਜ਼ਿਆਦਾ ਮਾੜੇ ਹੋਏ ਹੋਏ ਆ ਉਹਦੇ ਹੁਣ। ਵਕਤ ਵਕਤ ਦੀ ਗੱਲ ਆ ਭਰਾਵੋ, ਵਕਤ ਵਕਤ ਦੀ ਗੱਲ ਆ। ਵਕਤ ਇੱਥੇ ਹੀ ਆ ਜਾਂਦਾ, ਬਸ ਸਮਝਣ ਦੀ ਲੋੜ ਆ। ਕਹਿੰਦੇ ਚੋਰ ਦੇ ਆ ਟੱਬ ਚੱਕ ਮਾੜਾ ਜਿਹਾ, ਬਿੱਲ ਚੱਕ ਦੇ ਪਹਿਲਾਂ ਟੱਬ, ਪੁੱਤ ਮੈਂ ਪਾਉਣਾ ਜਿਹੜਾ ਪਾਉਣਾ, ਮੈਂ ਟੱਬ ਚੱਕ ਦੇ, ਸਟੂਲ ਦੇ ਦਿਓ ਇਹਦਾ ਬਾਪੂ ਵਾਲਾ, ਟੱਬ ਆ ਚੱਕ ਕੇ ਖਾਲੀ ਕਰ ਦੇ, ਆ ਸਟੂਲ ਦਿਓ ਚੱਕ ਕੇ, ਕੱਕੇ ਚੱਲ ਆ ਗਿਆ, ਇੱਥੇ ਰੱਖ ਦੇ ਪੁੱਤ, ਇੱਥੇ ਰੱਖ ਲਾ ਸਰਪੰਚਾ ਪਾ ਜਿਹੜਾ। ਅੱਜ ਇਸ ਸਾਲ ਹਰਪ੍ਰੀਤ ਵੀ ਇੱਥੇ ਆਇਆ ਹੋਇਆ ਵਾ, ਆ ਟੱਬ ਚੱਕ ਦੋ ਪੁੱਤ, ਪੈਰ ਨਾਲ ਪਾਣੀ ਪੈ ਦੇ, ਡੋਲ ਦੇ ਪਾਣੀ ਡੋਲ ਕੇ ਟੱਬ ਧੋ ਦੋ, ਹੈ ਨਾ, ਫਿਰ ਗਾਂਹ ਵਾਲੇ ਬਾਪੂ ਦੇ ਪੈਰ ਧੋਣੇ ਜਿਹੜੇ ਧੋਤੇ ਹੋਏ ਪਾਣੀ 'ਚ, ਆ ਟੱਬ 'ਚ ਆਉਣ ਪੈਰ। ਆਹ ਬੂਟ ਰੱਖ ਲਾ, ਥੱਲੇ ਰੱਖ ਲਾ ਹਰਪ੍ਰੀਤ, ਆਹ ਬੂਟ ਦੇ ਦਿਆ ਕਿ ਮੈਨੂੰ। ਤੇ ਇਹ ਬੂਟ ਸਾਰੇ ਕੈਂਪਸ ਕੰਪਨੀ ਦੇ ਬੂਟ ਆ, ਹਰ ਇੱਕ ਬੂਟਾਂ ਦੇ ਮਗਰ ਨੰਬਰ ਲੱਗਿਆ ਹੋਇਆ, ਜਿਵੇਂ ਬਾਪੂ ਦਾ 3 ਨੰਬਰ ਆ ਗੋਪਾਲ ਬਾਪੂ ਦਾ, ਹੈ ਨਾ, 1 ਨੰਬਰ ਕੇਸਰ ਬਾਪੂ ਦਾ, 2 ਨੰਬਰ ਸ਼ੁਕਲੇ ਬਾਬੇ ਦਾ ਵਾ, ਤੇ ਇਹਨਾਂ ਦਾ 3 ਨੰਬਰ ਆ, ਇੱਦਾਂ ਸਾਰਿਆਂ ਦੇ ਨੰਬਰ ਆ। ਸਰਪੰਚ ਦਾ ਕਿੰਨਾ, 4, ਇੱਧਰ ਸਰਪੰਚ ਦਾ 4 ਨੰਬਰ ਆ, ਬੂਟ ਕਿੱਥੇ ਆ ਸਰਪੰਚ ਦੇ, 4 ਨੰਬਰ ਆ, ਹੈ ਨਾ। ਇਹ ਕੀ ਹੋਊ, ਲਿਸਟ ਦਿਖਾਈ ਪੁੱਤ ਬੂਟਾਂ ਵਾਲੀ ਜਿਹੜੀ ਬਣਾਈ ਆਪਾਂ, ਉਹ ਵਾਲੀ ਵੱਡੀ, ਆਹ ਲਿਸਟਾਂ ਬਣਾਈਆਂ, ਅੱਗੇ ਆ ਜਾ। ਇਹ ਲਿਸਟਾਂ ਸੀ ਨਾ ਸਾਡੇ ਜਿਹੜੇ ਹਾਲ ਬਣੇ ਆ ਦੋਨੇ ਪਾਸੇ ਗੁਰਦੁਆਰਾ ਸਾਹਿਬ ਦੇ ਬਾਹਰ ਵੀ, ਇਹ ਲਿਸਟਾਂ ਵੱਡੀਆਂ ਕੱਢ ਕੇ ਲਾ ਦੇਣੀਆਂ। ਇਹਦੇ ਉੱਤੇ ਹਰ ਇੱਕ ਬੰਦੇ ਦਾ ਨੰਬਰ ਲਿਖਿਆ, ਦੇਖੋ ਆ ਬਾਪੂ ਗੋਪਾਲ ਦਾ, ਰਮੇਸ਼ ਦਾ, ਜਤਿੰਦਰ ਬਾਪੂ ਵੈਦਵਾਨ ਦਾ, ਹੈ ਨਾ, ਤਾਂ ਜੋ ਜਦੋਂ ਇਹ ਬਾਪੂ ਕਿਤੇ ਬੂਟ ਲਾ ਵੀ ਦੇਣ ਤਾਂ ਇਹਨਾਂ ਨੂੰ ਬੂਟ ਪਾਉਣ ਦੇ ਵਿੱਚ ਆਸਾਨੀ ਹੋ ਜਾਵੇ। ਕੋਈ ਵੀ ਵਲੰਟੀਅਰ ਹੋਵੇ ਸਾਡਾ, ਉਹ ਵੀ ਜਿਹੜੇ ਕਈ ਵਾਰੀ ਬਾਹਰੋਂ ਵਲੰਟੀਅਰ ਆ ਜਾਂਦੇ ਨੇ ਸੇਵਾ ਕਰਾਉਣ, 10 ਦਿਨਾਂ ਵਾਸਤੇ, 15 ਵਾਸਤੇ, 5 ਵਾਸਤੇ, ਹੈ ਨਾ, ਨਵੇਂ, ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜਾ ਨੰਬਰ ਕਿਹਦਾ, ਇਹ ਬੂਟ ਕਿਹਦੇ ਪਾਉਣਾ। ਹੁਣ ਆ ਚੱਪਲਾਂ ਪਹਿਲਾਂ ਆਹ ਪਾਈਆਂ ਸੀ, ਗਰਮੀਆਂ ਸੀਗੀਆਂ, ਹੁਣ ਸਾਰੀਆਂ ਚੱਪਲਾਂ ਲਹਾ ਕੇ ਅਸੀਂ ਸਾਰਿਆਂ ਦੇ, ਆ ਜਾ ਬਾਪੂ, ਤੇ ਅਸੀਂ ਹੈਂ ਟੱਕਦੇ ਕਰਦੇ ਸੈੱਟ ਕਰ, ਜਰਾਬ ਠੀਕ ਕਰ ਲੈਂਦੇ ਕੋਈ ਨਾ। ਇਹਦੇ ਬਾਪੂ ਦੇ ਨਾ ਉਂਗਲੀ ਜਿਹੜੀ ਬਿੰਗੀ ਹੋਈ ਉਹਦੇ ਕਰਕੇ ਲੱਗਦਾ ਉੱਥੇ ਜਰਾਬ ਦਾ ਬਲ ਨਾ ਪਿਆ ਹੋਵੇ, ਠੀਕ ਕਰਾ, ਨਹੀਂ ਤਾਂ ਫਿਰ 1 ਨੰਬਰ ਵੱਡਾ ਇਸ਼ੂ ਕਰਵਾ ਦਿਓ। ਅੱਛਾ ਬਾਪੂ ਗੋਪਾਲ ਨੂੰ, ਬਾਪੂ ਜੀ ਕੁਰਸੀ ਤੇ ਬੈਠੋ, ਉੱਥੇ ਆ ਜਾਓ ਬਾਪੂ ਜੀ, ਤੁਸੀਂ ਆ ਜਾਓ, ਗਿੰਦਰ ਮੋਹਨ ਬਾਬੇ ਆ ਜਾਓ, ਨੀਰ ਜਾ ਕੇ ਬਹਿ ਜਾ, ਨੀਰ ਇੱਧਰ ਆ ਜਾਓ, ਬੈਠੋ ਗਿੰਦਰ ਮੋਹਨ ਬਾਪੂ, ਆ ਪਕੌੜੀਆਂ ਰੱਖ ਦੇ ਬਾਪੂ, ਬਾਅਦ ਚ ਖਾਲੀ ਲੋਈ ਲਾ ਕੇ ਰੱਖਿਆ ਨਾਲੇ, ਕਾਕਾ ਵਲੰਟੀਅਰ ਲੋਈਆਂ ਲਾਈ ਚੱਲੋ ਨਾਲ ਦੀ ਨਾਲ, ਇੱਕ ਬੰਦਾ ਇੱਧਰ ਆ ਜਾਓ ਵੀਰੇ, ਸਾਰੇ ਇੱਧਰ ਚਲੇ ਗਏ, ਤੁਸੀਂ ਇੱਧਰ ਆ, ਤੂੰ ਆਪਣੇ ਕਾਕਾ ਡਾਕਟਰ ਸਾਹਿਬ ਆ ਦਿਖਾ ਗਿਆ, ਗਿੰਦਰ ਮੋਹਨ ਬਾਪੂ ਗਿੰਦਰ ਮੋਹਨ ਬਾਬੇ ਇੱਥੇ ਬੈਠਾ ਕੇ, ਬਾਪੂ ਸ਼ੁਕਲੇ ਬਾਬੇ ਤੂੰ ਤਾਂ ਬਹਿ ਜਾ, ਤੂੰ ਬਹਿ ਜਾ, ਬਹਿ ਜਾ, ਹਜੇ
ਸ਼ੁਕਲੇ ਬਾਬੇ ਦੇ ਪੈਰ ਉਹ ਦਊਗਾ ਪਾਲ ਚਲ ਆ ਜਾ ਇੱਥੇ ਆ ਜਾ ਬਾਬੇ ਆ ਜਾ ਨੀਰੇ ਆ ਟੱਬ ਦਿਓ ਪਾਣੀ ਦਾ ਪੁੱਤ ਇੱਥੇ ਡੋਲ ਦੇ ਇੱਥੇ ਪਰੇ ਨੂੰ ਕਰਕੇ ਪਰੇ ਨੂੰ ਕਰਕੇ ਪਰੇ ਨੂੰ ਕਰਕੇ ਇੱਥੇ ਰੋਕ ਲਾ ਬਾਪੂ ਇੱਥੇ ਲਾ ਲਓ ਸਭ ਕੀ ਲਾਉਣਾ ਦੁੱਧ ਇਹਦੇ ਰੱਖ ਵਿੱਚ ਦੇ ਪੁੱਤ ਆ ਪਜਾਮਾ ਚਾੜ ਲਾ ਤਾਂ ਇਹ ਸਾਡਾ ਨੀਰਜ ਪੁੱਤ ਆ ਯਾਰ ਨੀਰਜ ਦੇ ਤਾਂ ਖੁਸ਼ਕੀ ਨਹੀਂ ਜਾਂਦੀ ਕਿੰਨੇ ਸਾਲ ਹੋ ਗਏ ਇਹਦੇ ਖੁਸ਼ਕੀ ਚ ਖਤਮ ਹੀ ਨਹੀਂ ਹੋ ਰਹੀ ਮੂੰਹ ਵੀ ਇਹਦਾ ਚਿੱਟਾ ਹੱਥ ਵੀ ਚਿੱਟੇ ਬੜਾ ਜ਼ਿਆਦਾ ਹੁੰਦੇ ਆ ਕਿੰਨੀ ਆਪਾਂ ਉਹ ਲਾਉਂਦੇ ਹਾਂ ਵੈਸਲੀਨ ਜੀ ਵੀ ਇਹ ਬੱਚਾ ਨੀਰਜ ਆ ਜੀ ਸਾਡਾ ਤੇ ਨੀਰਜ ਨੂੰ ਵੀ ਤੁਸੀਂ ਜਾਣਦੇ ਹੋ ਦਰਾਹੇ ਢਾਬੇ ਤੇ ਸਾਨੂੰ ਮਿਲਿਆ ਸੀ ਇਹ ਬੱਚਾ ਉੱਥੇ ਕੋਈ ਇਹਨੂੰ ਛੱਡ ਗਿਆ ਸੀ ਬਾਹਰ ਬੈਠਾ ਰੋਈ ਜਾਂਦਾ ਸੀ ਢਾਬੇ ਤੇ ਬੈਠਾ 2016 ਦੀ ਗੱਲ ਆ ਤੇ ਇਹਦੇ ਨਾਲ ਬੱਚੇ ਨਾਲ ਬਹੁਤ ਹੀ ਕੁਕਰਮ ਹੋਇਆ ਹੋਇਆ ਸੀ ਬਹੁਤ ਹੀ ਵਿਚਾਰੇ ਨਾਲ ਕਰੀਬ ਕਾਫੀ 10 ਇਹ ਤੋਂ ਇੱਦਾਂ ਮੰਜੇ ਤੇ ਵੀ ਨਹੀਂ ਸੀ ਬੈਠ ਹੁੰਦਾ ਇੰਨੀ ਜ਼ਿਆਦਾ ਇਹਦੇ ਤੇ ਤਸ਼ੱਦਦ ਹੋਈ ਹੋਈ ਸੀ ਉਹਨਾਂ ਕਾਲਜੁਗੀ ਪਾਪੀਆਂ ਵੱਲੋਂ ਤੇ ਬਸ ਇਹਨੂੰ ਇੰਨਾ ਹੀ ਪਤਾ ਵੀ ਇਹਦਾ ਨਾਂ ਨੀਰਜ ਆ ਹੋਰ ਕੁਛ ਨਹੀਂ ਪਤਾ ਇਹਨੂੰ ਵੀ ਇਹ ਕੌਣ ਆ ਕਿੱਥੋਂ ਆ ਤੇ 8 ਸਾਲ ਹੋ ਗਏ ਇਹਨੂੰ ਸਾਡੇ ਕੋਲੇ ਮਹਾਰਾਜ ਦੀ ਕਿਰਪਾ ਹੁਣ ਤਾਂ ਸਾਡੇ ਨੀਰੇ ਦੇ ਦਾੜੀ ਆਉਣ ਲੱਗ ਗਈ ਮੁੱਛਾਂ ਵੀ ਆ ਗਈਆਂ ਇਹਦਾ ਮੁੱਛਾਂ ਵੀ ਆ ਗਈਆਂ ਦਾੜੀ ਵੀ ਆ ਗਈ ਨੀਰਜ ਤੋਂ ਬਾਬੂ ਜੀ ਬਣ ਗਿਆ ਐ ਨੀਰਜ ਇੱਧਰ ਗਿੰਦਰ ਮੋਹਨ ਬਾਪੂ ਜੀ ਆ ਹਰਪ੍ਰੀਤ ਉਹਨਾਂ ਨੇ ਪੈਰ ਧੋ ਰਿਹਾ ਇਹ ਬਾਪੂ ਜੀ ਦੇਖੋ ਅੱਖਾਂ ਤੋਂ ਬਲਾਈਂਡ ਸੀ ਫਰੀਦਕੋਟ ਸ਼ਹਿਰ ਦੇ ਵਿੱਚ ਰਾਜਿਆਂ ਦੇ ਸ਼ਹਿਰ 'ਚ ਬਾਪੂ ਘੁੰਮਦਾ ਸੀ ਬਲਾਈਂਡ ਅੱਖਾਂ ਤੋਂ ਕਿੰਨੇ ਟਾਈਮ ਤੋਂ 7-8 ਸਾਲਾਂ ਤੋਂ ਬਾਪੂ ਅੱਖਾਂ ਤੋਂ ਇਹਨਾਂ ਉਸ ਸ਼ਹਿਰ 'ਚ ਘੁੰਮਦਾ ਸੀ ਲੋਕਾਂ ਦੀਆਂ ਦੁਕਾਨਾਂ ਮੂਹਰੇ ਜਾਂਦਾ ਸੀ ਰੁੜਦਾ ਕੋਈ ਸਮੋਸਾ ਦੇ ਦਿੰਦਾ ਸੀ ਕੋਈ ਬ੍ਰੈਡ ਦੇ ਦਿੰਦਾ ਸੀ ਝੋਲੇ 'ਚ ਪਾ ਲੈਂਦਾ ਸੀ ਝੋਲਾ ਵਿੱਚ ਹੀ ਭਰਿਆ ਪਿਆ ਸੀ ਹੋਰ ਸਮਾਨ ਵਿੱਚ ਤੇ ਬਾਪੂ ਦਾ ਜਿਹੜਾ ਘਰ ਸੀਗਾ ਉਹ ਇੱਕ ਭੈਣ ਸੀ ਬਾਪੂ ਦੀ ਉਹ ਵੀ ਠੀਕ ਨਹੀਂ ਸੀ ਦਿਮਾਗੀ ਤੇ ਮਾਮਿਆਂ ਨੇ ਭੈਣ ਨੂੰ ਆਪਣੇ ਨਾਲ ਲੈ ਗਏ ਜਿਹੜਾ ਉਹਦੇ ਹਿੱਸੇ ਦਾ ਘਰ ਸੀ ਅੱਧਾ ਉਹ ਉਹਨਾਂ ਨੇ ਕਿਸੇ ਨੂੰ ਦੁਕਾਨ ਵਾਲੇ ਨੂੰ ਵੇਚਤਾ ਜਿਹੜਾ ਬਾਪੂ ਵਾਲਾ ਘਰ ਸੀ ਉਹਦੇ 'ਚ ਸਾਰੇ 'ਚ ਉਹਨਾਂ ਨੇ ਮਲਵਾ ਭਰਤਾ ਤੇ ਬਾਪੂ ਦਾ ਜਿਹੜਾ ਮੂਹਰਲਾ ਬਰਾਂਡਾ ਸੀਗਾ ਉਹਦੇ ਵਿੱਚ ਬੈਠ ਕੇ ਲੰਬਾ ਪੈ ਕੇ ਗਾਂਹ ਨਿਕਲ ਹੁੰਦਾ ਸੀਗਾ ਉਹਦੇ ਉੱਤੇ ਕੂੜੇ ਦਾ ਬਾਪੂ ਨੇ ਢੇਰ ਲਾਇਆ ਪਿਆ ਸੀ ਬਸ ਉਹਦੇ ਉੱਤੇ ਹੀ ਸੌਂਦਾ ਸੀ ਬਾਪੂ ਤੇ ਉਹ ਮਹਾਰਾਜ ਨੇ ਮਿਹਰ ਕੀਤੀ ਸੱਚੇ ਪਾਤਸ਼ਾਹ ਨੇ ਬਾਪੂ ਗਿੰਦਰ ਮੋਹਨ ਬਾਪੂ ਕਿਸੇ ਟਾਈਮ ਇਹ ਬਿਜਲੀ ਬੋਰਡ 'ਚ ਜੋਬ ਕਰਦਾ ਸੀ ਬਾਪੂ ਸਰਕਾਰੀ ਜੋਬ 'ਤੇ ਸੀਗਾ ਤੇ ਉੱਥੋਂ ਲੈ ਕੇ ਆਏ ਅੱਖਾਂ ਦਾ ਆਪਰੇਸ਼ਨ ਹੋਇਆ ਬਾਪੂ ਦਾ ਆਪਰੇਸ਼ਨ ਹੋਇਆ ਤੇ ਅੱਖਾਂ ਦਾ ਦੋਨਾਂ ਆਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਤੋਂ ਦਿਖਣ ਲੱਗ ਗਿਆ ਬਾਪੂ ਜੀ ਨੂੰ ਕੁਲਵੀਰ ਕਾਕੇ ਬਾਬੇ ਨੂੰ ਲਿਆ ਤੇ ਅੱਜ ਬਾਪੂ ਜੀ ਨੂੰ ਸਾਡੇ ਕੋਲ ਰਹਿੰਦੇ ਆ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨੇ ਸੱਜੂ ਬਾਬੇ ਤੇ ਮਹਾਰਾਜ ਦੀ ਬੜੀ ਕਿਰਪਾ ਦੋਨੇ ਅੱਖਾਂ ਤੋਂ ਲੀਂਦਾ ਹੁਣ ਬਾਪੂ ਕਿਸੇ ਹੋਰ ਦੀਆਂ ਅੱਖਾਂ ਬਣਿਆ ਹੋਇਆ ਬਾਪੂ ਕੁਲਵੀਰ ਸਿੰਘ ਕਾਕਾ ਜੀ ਨੇ ਸਾਡੇ ਕੋਲ ਅੱਖਾਂ ਤੋਂ ਬਲਾਈਂਡ ਨੇ ਉਹਨਾਂ ਨੂੰ ਦਿਖਦਾ ਨਹੀਂ ਬਾਪੂ ਜੀ ਉਹਨਾਂ ਦੀ ਸਾਰਾ ਦਿਨ ਕੇਅਰ ਕਰਦੇ ਨੇ ਉਹਨਾਂ ਦੀਆਂ ਅੱਖਾਂ ਦਾ ਕੰਮ ਕਰਦੇ ਨੇ ਇੱਕ ਜਿਹੜਾ ਖੁਦ ਇੱਕ ਟਾਈਮ ਅੱਖਾਂ ਤੋਂ ਉਹਨਾਂ ਸੀ ਇਨਸਾਨ ਅੱਜ ਉਹ ਦੂਸਰੇ ਕਿਸੇ ਹੋਰ ਦੀਆਂ ਅੱਖਾਂ ਬਣ ਗਿਆ ਇਹ ਬੜੀ ਵੱਡੀ ਗੱਲ ਆ ਮਹਾਰਾਜ ਦੀ ਕਿਰਪਾ ਹੋਈ ਹੈ ਜਿਹੜੀ ਸੱਚੇ ਪਾਤਸ਼ਾਹ ਦੀ ਨੀਰਜ ਦੇ ਵੀ ਉਦੋਂ ਜਦੋਂ ਆਇਆ ਸੀ ਪੈਰਾਂ ਦੇ ਉੱਤੇ ਬਹੁਤ ਫੋੜੇ ਫੈਂਸੀਆਂ ਸੀਗੇ ਤੇ ਪੈਰ ਫਟੇ ਹੋਏ ਸੀ ਵਿਚਾਰੇ ਦੇ ਹੌਲੀ ਹੌਲੀ ਰਗੜ ਆਰਾਮ ਨਾਲ ਨਾ ਨਾ ਐ ਨਾ ਕਰ ਆਰਾਮ ਨਾਲ ਹਰਪ੍ਰੀਤ ਹਾਂ ਦੁਖਣਾ ਹੀ ਆ ਬਹੁਤ ਕੰਡਿਆਂ ਜਿਹੇ ਵਾਲੀ ਆ ਨਾ ਤੇ ਅੱਜ ਇੱਧਰ ਸਾਡਾ ਪਾਲ ਲੱਗਿਆ ਹੋਇਆ ਸ਼ੁਕਲੇ ਬਾਬੇ ਦਾ ਇਹ ਸ਼ੁਕਲਾ ਬਾਬਾ ਸਾਡਾ ਉਹ ਆ ਜਿਹਨੇ ਇਹ ਸੇਵਾ ਦਾ ਸੂਤਰਧਾਰ ਬਣਿਆ ਸ਼ੁਕਲਾ ਬਾਪੂ ਇਹ ਬੰਦਾ ਸੀ ਸਾਡੇ ਜਿਹੜਾ ਢਾਬੇ ਤੇ ਆ ਕੇ ਡਿੱਗ ਪਿਆ ਸੀ ਪੈਰਾਂ ਲਾਈ ਹੋਇਆ ਸੀ ਰੁੜਦਾ ਹੀ ਆਇਆ ਸੀਗਾ ਤੇ ਅੱਜ ਬਾਪੂ ਦਾ ਇੱਕ ਪੈਰ ਤੇ ਹੱਥ ਨਹੀਂ ਚੱਲਦਾ ਪਰ ਦੂਜਾ ਹੱਥ ਤੇ ਪੈਰ ਆ ਜਿਹੜਾ ਉਹ ਪ੍ਰੋਪਰ ਕੰਮ ਕਰਨ ਲੱਗ ਕਰਦਾ ਵਾ ਜਿਹਦੇ ਨਾਲ ਸ਼ੁਕਲਾ ਬਾਬਾ ਹੁਣ ਧੰਨਵਾਦ ਉਹ ਡਾਕਟਰ ਦਾ ਵਿਚਾਰੇ ਦਾ ਆਰਾਮ
रामपुरे का डाक्टर सीगा जिहड़ा आके इहदे बापू दे टीके उत्थे ला के जांदा सीगा ते उह टीकियां ने इदां दा असर कीता क्योंकि दरंग होए नूं हजे एक दिन खनी जां दो दिन होए सीगे ते उह टीके जिहड़े लाए बाई ने उहनां टीकियां ने चुकले बाबे नूं पैरां ते खड़ा करता ते बस सच्चे पातशाह कृपा करन बापू शुक्ला जिन्हां ने सानू कलजुगियां नू एक रब वर्गे इस इंसान ने साडी जिंदगी बदलती नहीं अपना ही चक्के स्कूल जाना बच्चों ने सारे ने इत्थे बुला सारे नू अनमोल सारा नूं लिया हां पुत पौने तेरे बूट पावांगे ओए राजकुमार आ गया तू तेनूं मैं दूंगा कोई ना पा दिंदा मैं ठीक करके पा दिए हैं पा दिंदे राजकुमार कौन है अच्छा तू राजकुमार अभी तो मैं तो दिंदा कोई ना मैं तो दिंदा ठीक मुंह साफ कर ला वेरी गुड बर्फी केड़ा मुंह खाऊगा आहा मुंह खाऊगा बाल्टियां गर्म पानी पवा काका इधर हुण जिहड़े बापू जी हुणी बैठे ने सारे इन्हां नूं भी असीं टर्न बाय टर्न गर्म आ भाई गर्म आ पानी हां ठीक है की देख ना पहला हरपी हां ठीक है पानी पानी ठंडा पानी पा थोड़ा जा नीली बाल्टी च तेल फड़ा दे चाके माड़ा माड़ा लाई हर बड़ा मैं लाई सारे जाने ताड़ियां मारो कुशल कुमार जी पहुंच गए ने जी ताड़ियां देखो जी तुसी लाइव च देख रहे हो ये बंदा 8:30 बजे पहुंचा साडे कोले कुशल कुमार जी इहदी साडे सत श्री अकाल बापू काके बाबे ठीक हो ਇਹਦੀ ਸਾਡੇ ਛੋਟੇ ਭਰਾ ਦੀ ਮੈਰਿਜ ਹੋਈ ਆ ਹੁਣੇ 2-3 ਕੁ ਮਹੀਨੇ ਪਹਿਲਾਂ 4 ਮਹੀਨੇ ਤੇ ਹੁਣ ਇੱਥੇ ਆਪਣੇ ਵਾਈਫ ਨੂੰ ਇਹ ਵੀਰ ਆਪਦੇ ਪਿੰਡੋਂ ਇੱਥੇ ਲੈ ਕੇ ਆਇਆ ਇੱਥੇ ਕਮਰਾ 2 ਕਿਰਾਏ ਤੇ ਲੈ ਕੇ ਤੇ ਉੱਥੇ ਇਹ ਵੀਰ ਰਹਿੰਦਾ ਵਾ ਅਜੇ 10 ਕੁ ਦਿਨ ਪਹਿਲਾਂ ਹੀ ਇੱਥੇ ਹਾਂ ਕਰ ਦਿੰਦਾ ਹਵਾ ਭਰ ਦੂੰਗਾ ਮੈਂ ਹਵਾ ਭਰ ਦੂੰ ਠੀਕ ਹੈ ਰਾਜਕੁਮਾਰ ਮੈਂ ਭਰ ਕੇ ਦਿੰਦਾ ਪੁੱਤ ਪੈਰ ਪੂੰਜੀ ਪੁੱਤ ਨੀ ਰਹੇ ਦੇ ਟੱਬ ਚੱਕ ਦੇ ਥੱਲਿਓ ਟੱਬ ਚੱਕ ਦੇ ਰੂਮ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਟੱਬ ਚੱਕ ਦੋ ਥੱਲੇ ਨੂੰ ਟੱਬ ਧੰਨਵਾਦ ਕਿੱਕਾ ਜੀ ਵੀ ਆ ਗਏ ਨੇ ਤਾੜੀਆਂ ਕਿੱਕੇ ਲਈ ਵੀ ਬਣਦੀਆਂ ਬਈ ਸਾਰਿਆਂ ਨੇ ਤਾੜੀਆਂ ਮਾਰੋ ਕਿੱਕੇ ਬਾਈ ਲਈ ਹਾਂ ਬਾਪੂ ਆ ਇੱਥੇ ਬਿਠਾਉਣਾ ਤੈਨੂੰ 1 ਮਿੰਟ ਬਸ
ਇੱਕ ਮਿੰਟ ਬਾਪੂ ਜੀ ਨੀਰਜ ਦੇ ਨਵੇਂ ਬੂਟ ਹੈ ਨੀਰਜ ਨੀਰਜ ਨਵੇਂ ਬੂਟ ਪਾਊਗਾ ਸਾਡਾ ਨੀਰਜ ਨੀਰਜ ਸਾਡਾ ਨਵੇਂ ਨਵੇਂ ਬੂਟ ਪਾਊਗਾ ਗੁਰਦੁਆਰਾ ਸਾਹਿਬ ਜੋ ਜਾਣਾ ਜਰਾਬਾਂ ਸਾਰਿਆਂ ਦੀਆਂ ਲਾਉਣੀਆਂ ਅੱਛਾ ਵਲੰਟੀਅਰਾਂ ਦੀ ਦੋ ਜਾਣਿਆਂ ਦੀ ਡਿਊਟੀ ਲਾ ਦੇਣੀ ਉੱਥੇ ਕਿੰਨਾ ਸੋਹਣਾ ਲੱਗਦਾ ਨੀਰਜ ਤੇਰੀ ਨੂੰ ਆ ਜਾ ਇੱਧਰ ਇੱਧਰ ਹੀ ਲੰਘ ਜਾ ਬਾਪੂ ਕਾਕਾ ਜੀ ਆ ਜੀ ਕਾਕੇ ਬਾਬੇ ਇੱਧਰ ਆ ਮੇਰੇ ਕੋਲੇ ਉਰੇ ਆ ਜਾ ਇੱਧਰ ਦੀ ਹਾਂ ਬਾਪੂ ਜੀ ਨੂੰ ਦਿਖਾਈ ਨਹੀਂ ਦਿੰਦਾ ਹੁਣੇ ਜਾ ਤੂੰ ਫਿਰ ਮਿਲ ਕੇ ਚਲੇ ਜਾ ਚਾਹ ਹੁਣੇ ਪਿਲਾਉਨੇ ਆ ਬਾਪੂ ਪੈਰ ਧੋ ਕੇ ਫਿਰ ਚਾਹ ਪਿਆਉਨੇ ਅੱਛਾ ਬਹਿ ਜਾ ਕਾਕੇ ਬਾਬੇ ਇੱਥੇ ਇਹਨਾਂ ਨੂੰ ਬੂਟ ਲੈ ਇਹਦੇ ਲਈ ਦਿਖਾਈ ਨਹੀਂ ਦਿੰਦਾ ਬਾਪੂ ਜੀ ਨੂੰ ਐ ਬਈ ਮਨੀਸ਼ ਇਹ ਜਿਹੀਆਂ ਜਰਾਬਾਂ ਪਵਾ ਦਿਓ ਪਤਲੀਆਂ ਮੋਟੀਆਂ ਜਰਾਬਾਂ ਨਾ ਪਵਾਓ ਆ ਕਾਲੀਆਂ ਜਿਹੇ ਦੀਆਂ ਨਾ ਇਹ ਦਿਓ ਹਲਕੀਆਂ ਜਰਾਬਾਂ ਕਾਕੇ ਬਾਬੇ ਇੱਥੇ ਰੱਖ ਲੈ ਪੈਰ ਆ ਵੀ ਪੈਰ ਵਿੱਚ ਕਰ ਲੈ ਬਾਬੇ ਕਾਕੇ ਟੱਬ ਦੇ ਇਹ ਗਿੰਦਰ ਮੋਹਨ ਬਾਪੂ ਜੀ ਨਾ ਇਹਦੀਆਂ ਅੱਖਾਂ ਬਿੱਲੇ ਪਿੱਛੇ ਹੋ ਜਾਏ ਪੁੱਤ ਇਹ ਬਾਪੂ ਜੀ ਨੂੰ ਦਿਖਾਈ ਨਹੀਂ ਦਿੰਦਾ ਹੈਗਾ ਕਾਕੇ ਬਾਬੇ ਨੂੰ ਗਿੰਦਰ ਮੋਹਨ ਬਾਪੂ ਉਹਨੂੰ ਪੁੱਛਦਾ ਸੀ ਹੁਣ ਤੈਨੂੰ ਚਾਹ ਮਿਲ ਗਈ ਹੁਣ ਤਾਂ ਮਿਲ ਜੂਗੀ ਫਿਰ ਮਿਲਣੀ ਨਹੀਂ ਕਹਿੰਦਾ ਚਾਹ ਜਾਨੀ ਕਿ ਉਹਦੀਆਂ ਅੱਖਾਂ ਬਣਿਆ ਹੋਇਆ ਦੇਖੋ ਇੱਕ ਦੂਸਰੇ ਦੀ ਚਲੋ ਇੱਕ ਬਲਾਈਂਡ ਬੰਦਾ ਕਿੱਦਾਂ ਜਿਹੜਾ ਖੁਦ ਪਹਿਲਾਂ ਕਿਸੇ ਟਾਈਮ ਬਲਾਈਂਡ ਹੁੰਦਾ ਸੀ ਉਹ ਸਪੋਰਟ ਕਰਦਾ ਵਾ ਅੱਜ ਗੁਰੂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਿਗਿੰਦਰ ਬਾਪੂ ਬਿਗਿੰਦਰ ਮੋਹਨ ਬਾਪੂ ਅੱਜ ਆਪਣੀਆਂ ਅੱਖਾਂ ਨਾਲ ਦੇਖ ਪਾ ਰਿਹਾ ਦੇਖੋ 8 ਸਾਲਾਂ ਦਾ ਕੋਈ ਮੁੱਲ ਆ ਜਿਹੜੇ 8 ਸਾਲ ਬਾਪੂ ਨੇ ਅੱਖਾਂ ਤੋਂ ਅੰਨੇ ਹੋ ਕੇ ਕੱਢੇ ਉਹਦਾ ਕੀ ਮੁੱਲ ਆ ਉਹ ਕੌਣ ਆ ਜ਼ਿੰਮੇਵਾਰ ਲੋਕ ਜਿਨ੍ਹਾਂ ਨੇ ਵਿੱਚ ਪੈਰ ਰੱਖ ਬਾਪੂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਜਿਉਣ ਲਈ ਛੱਡ ਦਿੱਤਾ ਉਹਦੇ ਆਪਣੇ ਕੋਈ ਖਰਚਾ ਨਹੀਂ ਆਇਆ ਸੀ ਇੱਥੇ ਰੱਖ ਦੇ ਵੀਰੇ ਕੈਂਪ ਦੇ ਵਿੱਚ ਕਰਾਇਆ ਸੀ 2500 ਰੁਪਇਆ ਇੱਕ ਅੱਖ ਦਾ ਖਰਚਾ ਆਇਆ ਸੀਗਾ ਤੇ ਅੱਜ ਇਹ 5000 ਰੁਪਏ ਪਿੱਛੇ ਬਾਪੂ ਅੱਖਾਂ ਤੋਂ ਨਾ ਹੋ ਕੇ 8 ਸਾਲ ਘੁੰਮਦਾ ਰਿਹਾ ਉਹ ਆਪਣੇ ਨੂੰ ਅੰਦਰ ਰੱਖ ਲਓ ਬਲਦੇਵ ਨੂੰ ਇੱਧਰ ਲੈ ਚੱਲੋ ਬਲਦੇਵ ਚੱਲ ਅੰਦਰ ਕਾਕੇ ਆ ਦੋ ਲਿਆ ਅੰਦਰ ਲੈ ਚੱਲ ਬਲਦੇਵ ਨੂੰ ਲੈ ਚੱਲੋ ਸੋਨੂੰ ਭੈਣ ਅਸੀਂ ਆਪੇ ਦੇ ਦਾਂਗੇ ਤੂੰ ਬੈਠ ਜਾ ਮੇਰੀ ਭੈਣ ਜਾ ਕੇ ਬਹਿ ਜਾ ਆਪੇ ਦੇ ਦਾਂਗੇ ਬਹਿ ਜਾ ਮੇਰੀ ਭੈਣ ਅਨਮੋਲ ਬੱਚੇ ਕਿੱਥੇ ਆ ਬੁਲਾ ਬੱਚਿਆਂ ਨੂੰ ਸਾਰਿਆਂ ਨੂੰ ਇੱਧਰ ਮੋਟੀ ਜਰਾਬ ਕਿਸੇ ਦੇ ਨੀ ਪਾਉਣੀ ਹਜੇ ਮੋਟੀ ਜਰਾਬ ਥੋੜਾ ਜਿਹਾ ਹਜੇ ਅੱਗੇ ਪਾਵਾਂਗੇ ਜਨਮਦਿਨ ਤੱਕ ਜਾ ਕੇ ਇਹ ਜਿਹੜੀਆਂ ਆ ਕਾਲੀਆਂ ਜਰਾਬਾਂ ਇਹਨਾਂ ਦੇ ਚਾਰ ਚਾਰ ਪੰਜ ਪੰਜ ਜੋੜੇ ਲਾ ਦੋ ਹਰੇਕ ਨੂੰ ਚਾਰ ਚਾਰ ਪੰਜ ਪੰਜ ਜੋੜੇ ਨਾ ਹਲਕੀਆਂ ਜਰਾਬਾਂ ਨੇ ਪਤਲੀਆਂ ਜੀਆਂ ਉਹਨਾਂ ਦੇ ਲਾ ਦੋ ਹਰੇਕ ਬਾਪੂ ਵਾਸਤੇ ਪੰਜ ਪੰਜ ਜੋੜੇ ਨੰਬਰ ਪਾ ਕੇ ਨਾ ਉੱਤੇ ਬਾਬੇ ਕੁਤਕੁਤੀਆਂ ਨਿਕਲ ਜਾਈਆਂ ਕੁਤਕੁਤੀਆਂ ਕੁਲਵੀਰ ਕਾਕੇ ਬਾਬੇ ਥੱਲੇ ਨੂੰ ਕਰ ਮੂੰਹ ਬਾਹਲਾ ਤਾਂ ਨੂੰ ਨਾ ਕਰਿਆ ਕਰ ਕਾਕੇ ਬਾਬੇ ਮੈਲ ਲੈਂਦੀ ਆ ਬਾਪੂ ਮੈਲ ਆ ਸਾਰੀ ਨਾ ਜੰਮੀ ਹੋਈ ਆ ਉੱਤੇ ਚਿੱਟਾ ਚਿੱਟਾ ਜਿਹਾ ਆਹਾਂ ਬਾਪੂ ਪੈਰ ਵੱਢਿਆ ਗਿਆ ਸੀ ਹੈਗਾ ਮੇਰੇ ਕੋਲ ਤਾਂ ਪਤਾ ਨੀ ਮੇਰੇ ਹੱਥ 'ਚ ਇਹ ਕਿਵੇਂ ਵੱਢਿਆ ਗਿਆ ਸੀ ਸਾਰਾ ਹੀ ਵੱਢਿਆ ਹੋਇਆ ਆਹ ਪੈਰ ਵੀ ਤੇ ਆਹ ਪੈਰ ਵੀ ਬਾਪੂ ਉਂਗਲ ਹੈ ਨੀ ਚੀਚੀ ਇਹਦੀ ਵੀ ਉਰਿਆ ਸਾਹਿਬਜੋਤ ਉਰਿਆ ਕੀ ਕਹਿੰਦੇ ਮਾਮੂ ਉਰਿਆ ਇੱਥੇ ਕਿਵੇਂ ਮੇਰੀ ਧੀ ਸਕੂਲੇ ਜਾਣ ਲੱਗਣਾ ਹੁਣ ਤੂੰ ਅੱਛਾ ਕੌਣ ਲੈ ਕਾਹਤੋਂ ਗੁਬਾਰਾ ਖਰਾਬ ਹੋ ਗਿਆ ਕੋਈ ਨਵਾਂ ਦੇ ਦਾਂਗੇ ਤੈਨੂੰ ਪਾਰੀ ਦੇ ਦੇ ਮੈਨੂੰ ਤੈਨੂੰ ਨਵਾਂ ਗੁਬਾਰਾ ਦੇਊ ਸਾਹਿਬ ਜੋਤ ਆ ਸਾਡੀ ਤੂੰ ਹਨਾ ਤੈਨੂੰ ਸਕੂਲੇ ਵੀ ਪੜ੍ਹਨ ਲਾ ਦੇਣਾ ਮੈਂ ਹੁਣ ਅੱਛਾ ਜਾਇਆ ਕਰੇਂਗੀ ਨਾ ਸਕੂਲੇ ਬਾਲਾ ਪੜ੍ਹੇਂਗੀ ਨਾ ਪੜ੍ਹ ਕੇ ਕੀ ਬਣੇਗੀ ਫਿਰ ਅਫਸਰ ਬਣੇਗੀ ਵੱਡਾ ਅਫਸਰ ਬਣੇਗੀ ਸਾਹਿਬ ਜੋਤ ਸਾਡੀ ਵੱਡਾ ਅਫਸਰ ਬਣੂਗੀ ਬਾਈ ਵਾਹ ਬਾਈ ਵਾਹ
ਤੁਹਾਡੀ ਸਾਹਿਬ ਜੋਤ ਸਾਹਿਬੋ ਮੇਰੀ ਸਾਹਿਬੋ ਆ ਇੱਕ ਜਾਕੀ ਕੋਈ ਨਾ ਮੈਂ ਤੈਨੂੰ ਗੁਬਾਰਾ ਦੇਊਂਗਾ ਅੱਛਾ ਭਰਾ ਕੇ ਦੇਊਂਗਾ ਨਵਾਂ ਗੁਬਾਰਾ ਮੇਰੇ ਕੋਲ ਪਿਆ ਵਾ ਤੈਨੂੰ ਬੱਤਕ ਦੇ ਦੇ ਡੱਕ ਡੱਕ ਦੇ ਵੱਡੀ ਡੱਕ ਦੇ ਦਾਂਗੇ ਤੇਰੇ ਜਿੱਡੀ ਤੇਰੇ ਨਾਲ ਹੀ ਪੈ ਜਾ ਕਰੂਗੀ ਫਿਰ ਹਨਾ ਜਦੋਂ ਤੈਨੂੰ ਰਾਤ ਨੂੰ ਠੁੰਗਾ ਮਾਰਿਆ ਕਰੂਗੀ ਉਹ ਇੰਨਾ ਫਿਰ ਤੂੰ ਭੱਜ ਲਿਆ ਕਰਨਾ ਬਿਸਤਰੇ ਚੋਂ ਨਿਕਲ ਕੇ ਫਿਰ ਤੂੰ ਕਿਆ ਕਰਨਾ ਮਾਮੂ ਮੈਨੂੰ ਤਾਂ ਡੱਕ ਨੇ ਦੰਦੀ ਵੱਡੀ ਫਿਰ ਮੈਂ ਕਹੂੰਗਾ ਤੈਨੂੰ ਹੁਣ ਵਧੀਆ ਵਧੀਆ ਦੰਦੀਆਂ ਵੱਢਣੀਆਂ ਹੀ ਆ ਤੂੰ ਨਾਲ ਪਾਇਆ ਸੀ ਉਹਨੂੰ ਫਿਰ ਉਹਨੇ ਬਿੱਠ ਕਰ ਦੇਣੀਆਂ ਤੇਰੇ ਮੰਜੇ ਦੇ ਉੱਪਰ ਹੀ ਪੋਟੀ ਕਰ ਦੇਣੀ ਉਹਨੇ ਫਿਰ ਤੇਰੇ ਮੰਜੇ ਦੇ ਉੱਪਰ ਹੀ ਇਹ ਸਾਡੀ ਸਾਹਿਬ ਜੋਤ ਤਾਂ ਬਾਹਲੀ ਸਿਆਣੀ ਆ ਇੱਕ ਇਹਨੇ ਤਾਂ ਡਾਇਪਰ ਲਾ ਦਿਆ ਕਰਨਾ ਨਾ ਬੱਤਕ ਦੇ ਹੋਰ ਸਾਹਿਬ ਜੋਤ ਉੱਥੇ ਕਿਹੜੀ ਕਲਾਸ ਚ ਪੜ੍ਹਦੀ ਸੀ ਤੂੰ ਇੱਥੇ ਪਹਿਲੀ ਕਲਾਸ ਚ ਪੜ੍ਹਦਾ ਹੁਣ ਤੇ ਜਦੋਂ ਮੈਡਮ ਪੜ੍ਹਾਉਂਦੀ ਹੁੰਦੀ ਆ ਤੂੰ ਪੜ੍ਹਦਾ ਹੁੰਦਾ ਨਾ ਤੈਨੂੰ ABC ਆਉਂਦੀ ਆ ਬੰਟੂ ਲਿਖਣੀ ਆਉਂਦੀ ਸਾਰੀ ਚੱਲ ਬੰਟੂ ਬੋਲ ਕੇ ਸੁਣਾ ਦੋ ਲਿਖ ਲੈਂਦਾ ਪੂਰੀ ਚੱਲ ਮੈਂ ਤੈਨੂੰ ਸੁਣਾਉਣਾ ਵਨ ਬੋਲ ਟੂ ਥ੍ਰੀ ਫੋਰ ਫਾਈਵ ਸਿਕਸ ਸੈਵਨ ਏਟ ਫਿਰ ਅੱਗੇ ਏਟ ਤੋਂ ਬਾਅਦ ਨਾਈਨ 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 ਤੋਂ ਬਾਅਦ ਟੈਨ ਨਾਈਨ ਤੋਂ ਬਾਅਦ ਟੈਨ ਠੀਕ ਆ ਏਦਾਂ ਹੁੰਦਾ ਫਿਰ ਟੈਨ ਤੋਂ ਬਾਅਦ ਇਲੈਵਨ ਫਿਰ ਟਵੈਲਵ ਫਿਰ ਥਰਟੀਨ ਫਿਰ ਫੋਰਟੀਨ ਫਿਰ ਸਿਕਸਟੀਨ ਫਿਰ ਸੈਵਨਟੀਨ ਏਦਾਂ ਹੁੰਦਾ ਅੱਛਾ ਜਦੋਂ ਨਵਾਉਂਦੇ ਹੁੰਦੇ ਆ ਨਾ ਮੈਲ ਚੰਗੀ ਤਰ੍ਹਾਂ ਨਾਲ ਲਾਇਆ ਕਰੋ ਰੋਮੀ ਜਦੋਂ ਨਵਾਉਂਦੇ ਹੁੰਦੇ ਆ ਨਾ ਮੈਲ ਇੱਕ ਚੰਗੀ ਤਰ੍ਹਾਂ ਨਾਲ ਲਾਇਆ ਕਰੋ ਬਾਪੂ ਯਾਰ ਇੱਥੇ ਮੈਲ ਲੱਗੀ ਹੋਈ ਇਹ ਹੋਣੀ ਨਹੀਂ ਚਾਹੀਦੀ ਜਦੋਂ ਆਪਾਂ ਰੋਜ਼ ਦਾ ਇਸ਼ਨਾਨ ਕਰਾਉਂਦੇ ਹਰ ਰੋਜ਼ ਡੇਲੀ ਫਿਰ ਮੈਲ ਲੱਗੀ ਨਹੀਂ ਰਹਿਣੀ ਚਾਹੀਦੀ ਜਮਾਂ ਹੀ ਚਾਹ ਪੀਣੀ ਆ ਉਹ ਬਾਪੂ ਕੁਲਵੀਰ ਕਾਕੇ ਨੂੰ ਇੱਕ ਚਾਹ ਲਿਆ ਕਿਤੇ ਨਾਲੇ ਇੱਕ ਬਨਾਨਾ ਪਕੌੜੀਆਂ ਦੀ ਪਲੇਟ ਤੇ ਇੱਕ ਚਾਹ ਬਾਪੂ ਨੇ ਪੈਰ ਧਵਾ ਕੇ ਫਿਰ ਚਾਹ ਪੀਣੀ ਆ ਚਾਹ 26 ਨੰਬਰ ਦੀ ਅੱਗ ਤੇਲ ਕਰੀ ਕਾਕਾ ਹੋਰੇ ਨੂੰ ਹੈਗਾ 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 ਬਾਪੂ 26 ਨੰਬਰ ਦੀ ਪੀਣੀ ਆ ਕਿ 28 ਨੰਬਰ ਦੀ ਪੀਣੀ ਆ ਕਿ 32 ਨੰਬਰ ਦੀ ਪੀਣੀ ਆ ਜਿਹੜੀ ਮਰਜ਼ੀ ਫੜਾ ਲਈਏ ਗੱਲ ਫਿਰ ਤੈਨੂੰ 26 ਨੰਬਰ ਵਾਲੀ ਵੀ ਪਿਆਉਣੇ ਆ ਬਾਪੂ ਉੱਥੇ ਇੱਕ ਰੇਹੜੀ ਵਾਲਾ ਹੁੰਦਾ ਸੀ ਬਾਪੂ ਸਾਡੇ ਦਫ਼ਤਰ ਦੇ ਬਾਹਰ ਜਿੱਥੇ ਰਿਕਵਰੀ ਦਾ ਕੰਮ ਕਰਦੇ ਹੁੰਦੇ ਉਹ ਕਹਿੰਦਾ ਹੁੰਦਾ ਸੀ 26 ਨੰਬਰ ਦੀ ਚਾਹ 28 ਦੀ ਚਾਹ 32 ਦੀ ਹਾਂ ਉਹ ਗੁਰਦਿੱਤੇ ਬਾਈ ਕੋਲ ਆ ਉਹ ਅੰਬੀ ਦੇ ਕੋਲ ਆ ਉਹਨਾਂ ਰੇਹੜੀ ਤੇ ਨੀ ਬੈਠਾ ਵੀਰਾ ਉਹਦੇ ਕੋਲ ਗੁਰਦਿੱਤੇ ਜਿਹੜੀ ਤੈਨੂੰ ਕੱਲ ਬਾਲ ਦਿੱਤੀ ਸੀ ਕਿੱਥੇ ਆ ਉਹ ਬਾਲ ਹੈਂ ਟੁੱਟ ਗਈ ਵਾਹ ਓਏ ਗੁਰਦਿੱਤਿਆ ਤੇਰੇ ਕਿਸੇ ਨੇ ਲੈ ਲਈ ਆ ਚਲਾ ਗਿਆ ਫਿਰ ਗੇਟ ਤੇ ਬਾਹਰ ਚਲਾ ਗਿਆ ਉਹ ਮੁੰਡਾ ਲੈ ਗਿਆ ਹੈ ਤੈਨੂੰ ਚਾਹੀਦੀ ਸੀ ਉਹ ਵੈਰੀ ਬੈਡ ਉਹ ਲੈ ਕੇ ਤੋਂ ਗਿਆ ਪੈਰ ਆ ਚੱਕ ਦੇ ਤਾਬਾ ਪਹਿਲਾਂ ਪੁੱਤ ਤਾਬ ਚੱਕ ਦੇ ਟੇਬਲ ਚੱਕ ਕੇ ਸਟੂਲ ਦਿਓ ਪੁੱਤਾਂ ਚੱਕ ਕੇ ਪਿੱਛਿਓ ਆ ਗੋਲਡਨ ਜਿਬਾਂ ਜਿਬਾਂ ਚ ਹੱਥ ਗੋਲਡ ਪਾ ਕੇ ਰੱਖ ਐ ਰੱਖਦਾ ਗੋਲਡਨ ਹਮੇਸ਼ਾ ਸਾਡਾ ਜਿਬਾਂ ਦੇ ਵਿੱਚ ਹੱਥ ਮੂੰਹ ਦੇ ਉੱਤੇ ਬੌਸੀ ਹੈ ਗੋਲਡਨ ਸਾਡਾ ਹੈਗਾ ਗੋਲਡਨ ਬੌਸ ਕੱਢਦੇ ਪੁੱਤ ਹਿਸਾਬ ਕਰਨ ਵਾਹਿਗੁਰੂ ਜੀ ਕਾ ਖਾਲਸਾ
ਅੱਜ ਯਾਰ ਬੁਲਾਈਓ ਜੀ ਤੁਸੀਂ ਆ ਕੇ ਹੈਂ ਕਿੰਤੀ ਕਿੰਤੀ ਭਾਈ ਅੱਜ ਕੀ ਹੋ ਗਿਆ ਸੀ ਚਲੋ ਦੁਬਾਰਾ ਬੁਲਾਓ ਸਤਿ ਸ੍ਰੀ ਅਕਾਲ ਜਗਦੀਪ ਕੁਰੇ ਤਕਣੀ ਖਾਲਸਾ ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਦੀਪ ਭੈਣ ਰੁਕੀ ਇੱਕ ਮਿੰਟ ਆਪਣੂਰ ਇੱਧਰ ਦਿਖਾਈ ਆ ਜਗਦੀਪ ਭੈਣ ਆ ਤੇ ਰੀਵਲ ਇਹਦੇ ਨਾਲ ਹਨਾ ਆ ਰੀਵਲ ਦੀ ਤੇ ਜਗਦੀਪ ਭੈਣ ਦੀ ਤੁਸੀਂ ਵੀਡੀਓ ਵੀ ਦੇਖੀ ਸੀਗੀ ਤੇ ਅੱਜ ਜਗਦੀਪ ਭੈਣ ਤੇ ਰੀਵਲ ਦੇ ਵੱਲ ਝਾਕੋਗੇ ਤੁਹਾਨੂੰ ਪਤਾ ਲੱਗੂ ਇਹਨਾਂ ਦਾ ਸਾਥ ਇੰਨਾ ਵਧੀਆ ਖੜ ਜਾ ਬਾਪੂ ਜੀ ਖੜ ਜਾਓ ਪਾ ਜਰਾਬਾਂ ਪਾ ਉੱਥੇ ਵੀ ਭੈਣ ਨੇ ਰੀਵਲ ਨੂੰ ਐਂ ਰੱਖਿਆ ਹੋਇਆ ਸੀ ਆਪਣੇ ਕੋਲੇ ਜਿਵੇਂ ਪੁੱਤ ਹੁੰਦਾ ਵਾ ਇੱਥੇ ਵੀ ਭੈਣ ਹਰ ਰੋਜ਼ ਰੀਵਲ ਨੂੰ ਘੁਮਾਉਣਾ ਹੀ ਘੁਮਾਉਣਾ ਸਵੇਰਿਓ ਤੇ ਸ਼ਾਮ ਨੂੰ ਗੇੜਾ ਦਬਾਉਣਾ ਹੀ ਦਬਾਉਣਾ ਭੈਣ ਨੇ ਰੋਟੀ ਵੀ ਇਹੀ ਪਾ ਕੇ ਆਉਂਦੀ ਹੈ ਦੁੱਧ ਵੀ ਇਹੀ ਪਾ ਕੇ ਆਉਂਦੇ ਰੀਵਲ ਨੂੰ ਉੱਧਰ ਸਾਈਡ ਤੇ ਬੰਨਿਆ ਹੋਇਆ ਵਾ ਸਾਰਾ ਦਿਨ ਇਹ ਭੈਣ ਕਰੀਬ 10 ਗੇੜੇ ਮਾਰਦੀ ਹੋ ਰੀਵਲ ਕੋਲੇ ਕਿਵੇਂ ਭੈਣੇ ਰੀਵਲ ਠੀਕ ਆ ਥੱਕ ਜਾਂਦੀ ਹੈ ਇਹ ਭੱਜਦਾ ਵਾਲਾ ਨਾ ਹੁਣ ਹੋਰ ਜਗਦੀਪ ਕੁਰੇ ਤਕੜੀ ਆ ਠੀਕ ਆ ਹੁਣ ਲੈ ਜਾ ਕਢਾ ਲਿਆ ਗੇੜਾ ਹਾਂ ਬਾਪੂ ਦੀ ਡੈਥ ਤੋਂ ਬਾਅਦ ਕੋਈ ਨਾ ਫਿਰ ਕਿਉਂ ਮੈਨੂੰ ਵੀ ਮੇਰੇ ਪਾਪਾ ਦੀ ਡੈਥ ਤੋਂ ਬਾਅਦ ਹੋ ਗਿਆ ਸੀ ਸਦਮਾ ਹੋ ਜਾਂਦਾ ਹੁੰਦਾ ਕਿਉਂਕਿ ਮਾਂ ਬਾਪ ਨਾਲ ਆਪਣਾ ਪਿਆਰ ਹੀ ਇੰਨਾ ਹੁੰਦਾ ਹਨਾ ਕੋਈ ਨਾ ਹੁਣ ਇਹਨੂੰ ਘੁਮਾ ਕੇ ਲਿਆ ਭੁੱਲਣ ਦੀ ਦਵਾਈ ਖਾ ਲਈ ਕੋਈ ਨਾ ਮੇਰੀ ਭੈਣ ਆ ਤੂੰ ਤਾਂ ਦੇਖ ਲਾ ਸਾਹਿਬ ਜੁੱਤੇ ਕਿੰਨਾ ਸੋਹਣਾ ਡੌਗੀ ਸੀ ਉਹਦਾ ਨਾਂ ਪਤਾ ਕੀ ਹੈ ਡੌਗੀ ਦਾ ਕੀ ਨਾਂ ਦੱਸਿਆ ਸੀ ਮੈਂ ਹੁਣ ਲਿਆ ਤਾ ਸੀਗਾ ਨਾਮ ਰੀਵਲ ਇਹ ਡੌਗੀ ਦਾ ਨਾਂ ਹੈਗਾ ਸੀਗਾ ਰੀਵਲ ਬੜਾ ਇੰਪੋਰਟੈਂਟ ਲਾ ਵੀ ਬਾਪੂ ਦਾ ਬਾਪੂ ਕਾਕੇ ਵਾਸਤੇ ਵੀ ਚਾਹ ਲੈ ਕੇ ਆ ਜਾ ਕੇ ਇੱਕ ਜਾਣਾ ਕਾਕੇ ਬਾਪੂ ਨੂੰ ਚਾਹ ਪਿਲਾ ਦੇ ਪੱਟੀ ਬੰਨਣੀ ਆ ਕਰਦਾ ਬਾਪੂ ਠੀਕ ਆ ਬਾਪੂ ਜਿਹੜਾ ਗੁਲਾਬੀ ਪੱਗ ਵਾਲਾ ਭਾਈ ਹੈ ਅੰਕਲ ਭਾਈ ਹੋਈ ਹੁੰਦੇ ਆ ਹਾਸੇ ਕਿਵੇਂ ਕਢਾਉਂਦਾ ਰਹਿੰਦਾ ਐ ਨੀ ਕਰ ਲਾ ਮਜ਼ਾਕ ਵਾਲੀਆਂ ਗੱਲਾਂ ਕਰਦੇ ਰਹਿੰਦਾ ਹੈ ਮਜ਼ਾਕ ਵਾਲੀਆਂ ਗੱਲਾਂ ਕਰਦੇ ਹੁੰਦੇ ਲੈ ਚਲੋ ਬਾਪੂ ਇਹਨੂੰ ਕਾਕੇ ਬਾਬੇ ਨੂੰ ਹੋਰ ਚਾਹ ਲੈ ਕੇ ਆਇਆ ਮੁੰਡਾ ਚਾਹ ਪਿਲਾ ਦੇ ਇੱਧਰ ਬਿਠਾ ਲੈ ਇਹਨੂੰ ਬਾਪੂ ਨੂੰ ਆ ਜਾ ਬਾਪੂ ਆ ਜਾ ਆ ਜਾ ਇੱਥੇ ਆ ਜਾ ਆ ਜਾ ਆ ਬੋਕਰ ਇੱਥੇ ਰੱਖ ਦੇ ਮੈਨੂੰ ਮੈਂ ਫੜ ਲੈਣਾ ਤੈਨੂੰ ਆ ਜਾ ਆ ਜਾ ਬੋਕਰ ਇੱਥੇ ਹੀ ਤੇਰੀ ਕਿਤੇ ਨੀ ਜਾਂਦੀ ਬੋਕਰ ਇੱਥੇ ਕੁਰਸੀ ਤੇ ਬਹਿ ਜਾ ਬਾਪੂ ਮੰਤਰੀ ਜੀ ਬੈਠੋ ਕੁਰਸੀ ਪੇ ਆਪ ਪੱਟੀ ਵੀ ਬੰਨਦੇ ਪੈਰ ਵੀ ਧੋਏਗੇ ਬਾਬਾ ਸਭ ਕਰੇਗੇ ਟੱਬ ਫੜਾ ਚੱਕ ਕੇ ਭਾਈ ਨੌਵੇਂ ਸਕੂਲ ਲੱਗਦਾ ਠੀਕ ਆ ਬਾਪੂ ਚੱਪਲ ਉਤਾਰ ਦੇ ਬਾਪੂ ਚੱਪਲ ਉਤਾਰ ਦੇ ਚੱਪਲ ਉਤਾਰ ਦੇ ਬਿੱਲੇ ਪਜਾਮਾ ਚਾੜਤਾ ਕੋਈ ਨਾ ਬਾਪੂ ਤੈਨੂੰ ਨਾ ਬੂਟ ਜਿਹੜੇ ਤੇਰਾ ਪੈਰ ਆ ਜਿਵੇਂ ਆਹ ਹਨਾ ਏਦਾਂ ਦੇ ਬੂਟ ਕੱਟ ਕੇ ਦੇ ਦਾਂਗੇ ਤੈਨੂੰ ਪੈਰ ਬੂਟ ਦੇ ਵਿੱਚ ਪੈ ਜਾਊਗਾ ਬੂਟ ਏਦਾਂ ਦਾ ਦੇਵਾਂਗੇ ਇੱਕ ਜਿਹਦੇ ਨਾਲ ਤੇਰਾ ਪੈਰ ਦੁਖੂਗਾ ਨਹੀਂ ਠੀਕ ਆ ਬੂਟ ਨੂੰ ਨਾ ਮੂਹਰੋਂ ਕੱਟ ਦਾਂਗੇ ਆਪਾਂ ਆਰਤੀ ਕਿਵੇਂ ਫਿਰ ਆਰਤੀ ਕੀ ਲੱਗਿਆ ਤੇਰਾ ਕਰੀਮ ਲਾਈ ਮੈਸਰੀਨ ਲਾਈ ਮੰਨ ਲਾ ਪੁੱਤ ਤੈਨੂੰ ਇੰਨੀ ਕਾਹਤੋਂ ਲਾਈ ਫਿਰ ਤੇ ਕੱਪੜਿਆਂ ਨੂੰ ਲੱਗ ਜਾਣੀ ਪੁੱਤ ਮੂੰਹ ਤੇ ਲਾ ਮਾੜੀ ਮਾੜੀ ਗੱਲਾਂ ਤੇ ਗੱਲਾਂ ਤੇ ਲਾਰਦੀਆਂ ਤੇ ਗੱਲਾਂ ਤੇ ਹਾਂ ਹਾਂ ਲਾ ਲਾ ਮਾੜੇ ਨੂੰ ਚੰਗੀ ਤਰ੍ਹਾਂ ਗੱਲਾਂ ਨੂੰ ਗੱਲਾਂ ਤੇ ਮਾਲ ਹਾਂ ਗੱਲਾਂ ਮਾਲ ਸ਼ਾਬਾਸ਼ ਆ ਅੰਗੂਠੇ ਤੇ ਲੱਗੀ ਜਿਹੜੀ ਗੱਲਾਂ ਤੇ ਲਾ ਗੱਲਾਂ ਤੇਰੀਆਂ ਫਟ ਹੀ ਜਾਂਦੀਆਂ ਲਾਇਆ ਕਰ ਅਰਸ਼ ਲਾ ਲਾ ਹਾਂ ਇੱਧਰਲੀ ਗੱਲ ਤੇ ਵੀ ਲਾ ਪੁੱਤ ਰੋਜ਼ ਲਗਾਉਂਦੀ ਆ ਇਹ ਤਾਂ ਹੱਥ ਤੇ ਲਾ ਤਾ ਆਂਟੀ ਨੇ ਇਹਦੇ ਮੂੰਹ ਤੇ ਮਲ ਚੰਗੀ ਤਰ੍ਹਾਂ ਨਾ ਤੂੰ ਮਲ ਦੇ ਕੀਮਤੀ ਮਲਦੇ ਚੰਗੀ ਤਰ੍ਹਾਂ ਨਾ ਆਹ ਦੇ ਪਈ ਬੈਸਲੀਨ ਹੋਰ ਗੱਲਾਂ ਤੇ ਜ਼ਰੂਰ ਲਾ ਲਿਆ ਕਰ
ਤੁਸੀਂ ਵੀ ਲਾਓ ਸਾਰੇ ਜਿਨ੍ਹਾਂ ਦੇ ਖੁਸ਼ਕੀ ਹੈ ਮੂੰਹ ਤੇ ਮਾੜੀ ਮਾੜੀ ਲਾਇਆ ਕਰੋ ਉਹਦੇ ਵੀ ਲਾ ਹਰਮਨ ਜੇਬਾਂ ਚ ਹੱਥ ਪਾਏ ਆ ਬੌਸੂ ਅੱਛਾ ਜਿਹੜੀ ਬਾਲ ਸੀਗੀ ਤੇਰੀ ਉਹ ਸਹਿਮ ਜੋਤ ਦੀ ਬਾਲ ਚੱਕੀ ਦੀ ਨੇ ਕੋਈ ਨਾ ਅੱਛਾ ਫਿਰ ਕਿਸੇ ਹੋਰ ਨੂੰ ਦੇਤੀ ਇਹਨੇ ਬਾਲ ਇਹ ਤੋਂ ਬਿਨਾ ਵਧੀਆ ਲੱਗਦਾ ਮੇਰੀ ਟੋਪੀ ਨੂੰ ਨਹੀਂ ਠੀਕ ਖੜ ਜਾ ਕੋਈ ਨਾ ਆ ਜਾ ਖੜ ਜਾ ਹੁਣ ਹੁਣ ਨਾ ਜਾ ਪੁੱਤ ਆ ਜਾ ਲੰਬੀ ਵੀ ਨੀ ਅੰਕਲ ਨੇ ਅੰਕਲ ਕੀ ਕਹਿੰਦੇ ਹੈ ਨੀ ਕੀ ਹੈ ਕਹਿੰਦੇ ਸੀ ਲੱਭਾਂਗੇ ਲੱਭੀ ਨੀ ਫਿਰ ਉਹਨਾਂ ਨੇ ਕੋਈ ਗੱਲ ਨੀ ਮਨੀਸ਼ ਇਹਦੇ ਬਾਪੂ ਦੇ ਬੂਟ ਦੇਖ ਕਿੱਥੇ ਇਹਦਾ ਬੂਟ ਕਿਹੜਾ ਆਊਗਾ ਬਾਪੂ ਦੇ ਇੱਕ ਪੈਰ ਤੇ ਇਹਦਾ ਇੰਨਾ ਵਾ ਜਾਂ ਤਾਂ ਇੱਦਾਂ ਦਾ ਹੋਊਗਾ ਵੀ ਇੱਕ ਪੈਰ ਹੈ ਬਣਵਾਉਣੇ ਪੈਣੇ ਆ ਨਾ ਜਿਹੜੇ ਬ੍ਰਸ਼ ਵਾਲਾ ਬੂਟ ਨਹੀਂ ਹੁੰਦਾ ਐਂ ਪਾੜ ਕੇ ਬ੍ਰਸ਼ ਲਾ ਕੇ ਬ੍ਰਸ਼ ਵਾਲਾ ਬੂਟ ਜਿਹੜਾ ਉਹ ਨਹੀਂ ਹੈ ਜੁੜ ਜਾਂਦੇ ਹੁੰਦੇ ਚਿਰਟ ਚਿਰਟ ਕਰਦੇ ਹਾਂ 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 ਉਹ ਕੋਈ ਬੂਟ ਕੱਟ ਕੇ ਉਹ ਲਵਾ ਲਓ ਚਾਹੇ ਬਾਪੂ ਨੂੰ ਗੱਡੀ ਚ ਬਿਠਾ ਕੇ ਲੈ ਜੀ ਨਾਲ ਨਾਲ ਜਾ ਕੇ ਬਾਪੂ ਗੱਡੀ ਤੇ ਮੇਚਾ ਦੇ ਆ ਉੱਥੇ ਦੋ ਜੋੜੇ ਤੈਨੂੰ ਨਵੇਂ ਬੂਟਾਂ ਦੇ ਬਣਵਾ ਇੱਕ ਦੋ ਹੋਰ ਬੰਦੇ ਵੀ ਹੈਗੇ ਉਹਨਾਂ ਦੇ ਵੀ ਲੈ ਜੀ ਫਿਰ ਇੱਕ ਕੇਸਰ ਬਾਪੂ ਦੇ ਬੂਟ ਬਣਵਾਉਣੇ ਇੱਕ ਹੋਰ ਕਿਹਦੇ ਸੀ ਬਾਲੇ ਵੱਡੇ ਸੀ ਜਿਹੜੇ ਪਾਲੇ ਬਾਬੇ ਹਾਂ ਤਿੰਨ ਕੁ ਬੰਦੇ ਆ ਹਰਪ੍ਰੀਤ ਉਹਨਾਂ ਨੂੰ ਨਾਲ ਲਿਜਾ ਕੇ ਮਿਰਚਾਂ ਦੇ ਕੇ ਉੱਥੇ ਮੌਕੇ ਤੇ ਹੀ ਉਹਨਾਂ ਦੇ ਪੰਜੇ ਚੌੜੇ ਆ ਬਾਲੇ ਜਿਹਨਾਂ ਦੇ ਚੌੜੇ ਪੰਜੇ ਆ ਫਿਰ ਉਹਨਾਂ ਦੇ ਨਾ ਆਹ ਬੂਟ ਆਉਂਦੇ ਨੀ ਗੇ ਨਿਕਲਦੀ ਨੀ ਤਾਂ ਵਧੀਆ ਫੁੱਟਬਾਲ ਸੀ ਉਹਦਾ ਲੈ ਲਈ ਕੋਈ ਤੈਨੂੰ ਮੈਂ ਹੋਰ ਲੱਭ ਕੇ ਦਊਂਗਾ ਠੀਕ ਆ ਹਾਂ ਕਰਾ ਦੋ ਬੱਚਿਆਂ ਨੂੰ ਨਾਸ਼ਤਾ ਕਰਾਓ ਕਰਾਓ ਬ੍ਰੇਕਫਾਸਟ ਕਰਿਆ ਸਾਰਿਆਂ ਨੇ ਕਿ ਨਹੀਂ ਤੁਸੀਂ ਕਰਾਓ ਕੋਮਲ ਵੀਰ ਤੁਹਾਡੀ ਜਿਹੜੀ ਡਿਊਟੀ ਹੈ ਨਾ ਹਾਂ ਤੁਸੀਂ ਉਹ ਨਹੀਂ ਛੱਡਣੀ ਚਲੋ ਬ੍ਰੇਕਫਾਸਟ ਕਰਕੇ ਸਾਰੇ ਆਇਓ ਇੱਥੇ ਮੇਰੇ ਕੋਲੇ ਆਹ ਦਿਲਪ੍ਰੀਤ ਦਾ ਸੈੱਟ ਢੰਗ ਨਾਲ ਉੱਪਰ ਢਾਕ ਅਨਮੋਲ ਬੂਟ ਨਹੀਂ ਆਏਗਾ ਕੋਈ ਨਵਾਂ ਬਣਵਾ ਕੇ ਦੇਂਗੇ ਬੂਟ ਠੀਕ ਆ ਨਵਾਂ ਬੂਟ ਨਾ ਬਾਬਾ ਅੱਛਾ ਸਾ ਬੂਟ ਬਣਵਾ ਕੇ ਦੇਂਗੇ ਠੀਕ ਹੈ ਜਿਹੜੇ ਬੰਦੇ ਨੂੰ ਲੈ ਕੇ ਆਉਣਾ ਉਹਦੀ ਪੱਗ ਪੁੱਗ ਠੀਕ ਕਰਕੇ ਸੈੱਟ ਕਰਕੇ ਦਾੜੀ ਤੇ ਹੱਥ ਫੇਰ ਕੇ ਫੇਰ ਲੈ ਕੇ ਆਉਣਾ ਬਹੁਤ ਅੱਛਾ ਨਹੀਂ ਨਹੀਂ ਤੁਸੀਂ ਰਹਿਣ ਦਿਓ ਹੁਣ ਰਹਿਣ ਦਿਓ ਜਰਾਬਾਂ ਪਾ ਦਿਓ ਬਾਪੂ ਦੇ ਜਰਾਬਾਂ ਪਵਾ ਕੇ ਸਲੀਪਰ ਆ ਜਿਹੜੇ ਦੂਜੇ ਉਹ ਵਾਲੇ ਨੀਲੇ ਦੇ ਜਿਹੇ ਦੇ ਹਨਾ ਜਿਹਦੇ ਵਿੱਚ ਦੀ ਪੈਰ ਸਿੱਧਾ ਪੈ ਜਾਂਦਾ ਬਿਨਾਂ ਅੰਗੂਠੇ ਤੋਂ ਉਹ ਪਵਾ ਦਿਓ ਤੇ ਇਹਨਾਂ ਦੇ ਬਣਵਾਉਣਾ ਦੇ ਕੇ ਆਉਂਦੇ ਆ ਇਹ ਤਾਂ ਫਿਰ ਦੁਖੂਗਾ ਪੈਰ ਨਾ ਬਾਪੂ ਦਾ ਆਪਾਂ ਸਿਰਫ ਹੁਣ ਫਾਰਮੈਲਿਟੀ ਨੂੰ ਥੋੜੀ ਪਵਾਉਣਾ ਵਾ ਵੀ ਹੁਣ ਪਵਾ ਦਈਏ ਬਾਅਦ ਚ ਲਾ ਦਈਏ ਤੇਲ ਜ਼ਰੂਰ ਲਾ ਦਿਆ ਕਰ ਹਰਪ੍ਰੀਤ ਸਰੇਕ ਨੇ ਕੋਈ ਨਾ ਉਹਨੂੰ ਆਪਾਂ ਕੁੱਟਾਂਗੇ ਮੈਨੂੰ ਦੱਸੀ ਕਿਹੜਾ ਮੁੰਡਾ ਵਾ ਠੀਕ ਆ ਫਿਰ ਮਾਮੂ ਦੇਖੀ ਉਹਨੂੰ ਕਿਵੇਂ ਮਜ਼ਾ ਚਕਾਉਂਦੇ ਨੇ ਹਨਾ ਉਹਦੇ ਨੂੰ ਦੇਖੀ ਫਿਰ ਕੁੱਟ ਕਿਵੇਂ ਪੈਣੀ ਆ ਵੀ ਸਾਡੀ ਸਾਹਿਬ ਜੋਤ ਨੂੰ ਕੌਣ ਮਾਰੂਗਾ ਬਈ ਹਨਾ ਉਹ ਤੂਰੀ ਨੂੰ ਕਿਹੜੇ ਕੰਨ